ਇੱਕ ਸ਼ੌਂਕ ਕਬੂਤਰਬਾਜ਼ੀ ਦਾ ਪ੍ਰੋਗਰਾਮ ਦੇਖਣ ਵਾਲੇ ਸਾਰੇ ਸੱਜਣਾ ਮਿੱਤਰਾਂ ਨੂੰ ਜੀ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਜ ਆਪਾਂ ਕਬੂਤਰਬਾਜ਼ੀ ਦਾ ਅਗਲਾ ਐਪੀਸੋਡ ਲੈ ਕੇ ਪਹੁੰਚੇ ਹਾਂ ਜੀ ਖਾਸ ਮੋਗੇ ਜਿੱਥੋਂ ਦੇ ਸੁਪਰਸਟਾਰ ਕਬੂਤਰਬਾਜ਼ ਬਾਈ ਸਣੀ ਗਿੱਲ ਜੀ ਮੋਗਾ ਤੇ ਅੱਜ ਆਪਾਂ ਗੱਲਾਂ ਬਾਤਾਂ ਕਰਾਂਗੇ ਉਹਨਾਂ ਦੇ ਕਬੂਤਰਬਾਜ਼ੀ ਦੇ ਸਫ਼ਰ ਬਾਰੇ ਉਤਰਾ ਚੜਾਅ ਬਾਰੇ ਦਵਾਈ ਬੂਟੀ ਬਾਰੇ ਸਾਵ ਸਭਾਲ ਬਾਰੇ ਤੇ ਨਸਨ ਲਦੀ ਸੋਧ ਕਰਨ ਬਾਰੇ ਤੇ ਤੁਸੀਂ ਦੇਖਦੇ ਰਹੋ ਸਾਰੀ ਵੀਡੀਓ ਤੇ ਇੱਕ ਵੱਧ ਤੋਂ ਵੱਧ ਗੁਜਾਰਸ਼ ਹੈ ਸਾਰੇ ਸੱਜਣਾ ਮਿੱਤਰਾਂ ਨੂੰ ਜਿੰਨੇ ਵੀ ਆਪਣੇ ਚੈਨਲ ਨਾਲ ਪੇਜ ਨਾਲ ਜੁੜੇ ਆ ਵੀ ਇੱਕ ਸ਼ੌਂਕ ਪੁੱਤਰਬਾਜੀ ਦਾ ਫੇਸਬੁੱਕ ਜਿਹੜਾ ਪੇਜ ਹੈ ਉਹ ਜਰੂਰ ਫੋਲੋ ਕਰਦੇ ਹੋ ਤੇ ਸ਼ੇਅਰ ਜਰੂਰ ਕਰਿਆ ਕਰੋ ਵੀਡੀਓ ਤੇ ਜਿੰਨੇ ਵੀ ਗਰੁੱਪ ਨੇ ਫੇਸਬੁੱਕ ਦੇ ਸਾਰਿਆਂ ਦੇ ਵਿੱਚ ਸ਼ੇਅਰ ਕਰ ਦਿਆ ਕਰੋ ਤੇ ਦੂਜੀ ਗੱਲ ਵੀ ਚੈਨਲ YouTube ਵਾਲਾ ਵੀ ਸਬਸਕ੍ਰਾਈਬ ਕਰਦੇ ਹੋ ਤੇ ਬਾਕੀ ਇੱਕ ਆਪਾਂ ਹੋਰ ਗੱਲ ਕਰਨੀ ਸੀ ਵੀ ਜਿਹੜੇ ਸੱਜਣ ਮਿੱਤਰ ਆਪਣੇ ਨਾਲ ਜੁੜੇ ਆ YouTube ਚੈਨਲ ਕਰਕੇ ਪਿਆਰ ਮਿਲਿਆ ਉਹਨਾਂ ਦਾ ਸਾਰਿਆਂ ਦਾ ਬਹੁਤ ਧੰਨਵਾਦ ਆ ਤੇ ਐਂ ਜੁੜੇ ਰਹੋ ਪਿਆਰ ਦਿੰਦੇ ਰਹੋ ਅਗਲੀਆਂ ਵੀਡੀਓ ਤੁਹਾਨੂੰ ਕਬੂਤਰਬਾਜੀ ਦੇ ਬਾਬਤ ਮੁਰਗਬਾਜੀ ਤੇ ਗਰੇਹਾਉਣ ਦੇ ਸ਼ੌਂਕ ਜਿਹੜੇ ਆਪਾਂ ਜਾਨੀ ਕਿ ਤੁਹਾਨੂੰ ਲਗਾਤਾਰ ਕਰਵਾਉਂਦੇ ਰਹਾਂਗੇ ਸੋ ਕਿਉਂਕਿ ਮੈਨੂੰ ਖੁਦ ਨੂੰ ਆਪ ਨੂੰ ਵੀ ਸ਼ੌਂਕ ਹੈ ਜਾਨਵਰਾਂ ਦਾ ਤੇ ਇਸ ਲਈ ਮੈਂ ਵੀ ਖਿੱਚ ਰੱਖਦਾ ਤੇ ਜਿਹੜੇ ਹੋਰ ਭਰਾ ਨੇ ਆਪਣੇ ਨਾਲ ਜੁੜੇ ਹੋਏ ਨੇ ਉਹਨਾਂ ਨੂੰ ਵੀ ਆਪਾਂ ਸ਼ੌਂਕ ਜਿਹੜਾ ਕਰਵਾਉਂਦੇ ਰਾਂਗੇ ਸਾਸਰੀ ਦਾ ਬਾਈ ਜੀ ਸਾਸਰੀ ਦਾ ਬਾਈ ਜੀ ਸਾਸਰੀ ਬਾਈ ਜੀ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਸਮੇਂ ਚੋਂ ਸਮਾਂ ਕੱਢਣ ਲਈ ਧੰਨਵਾਦ ਆਉਣ ਲਈ ਵੀਰੇ ਬਾਈ ਜੀ ਇੱਕ ਆਪਾਂ ਗੱਲ ਅੱਜ ਕੂਤਰਬਾਜੀ ਦੇ ਨਾਲ ਨਾਲ ਆਮ ਜ਼ਿੰਦਗੀ ਤੋਂ ਵੀ ਸ਼ੁਰੂ ਕਰੀਏ ਹਾਂਜੀ ਬਾਈ ਜੀ ਵੀ ਕੂਤਰਬਾਜੀ ਤੋਂ ਬਿਨਾ ਤੁਸੀਂ ਕੀ ਕਰਦੇ ਹੋ ਕੂਤਰਬਾਜੀ ਤੋਂ ਬਿਨਾ ਵੀਰੇ ਖੇਤੀਬਾੜੀ ਆ ਠੀਕ ਤੇ ਆਪਾਂ ਇੱਕ ਸਾਈਡ ਬਾਈ ਕਬੂਤਰਬਾਜੀ ਰੱਖ ਦਈਏ ਹਾਂਜੀ ਇੱਕ ਸਾਈਡ ਆਪਾਂ ਪਰਿਵਾਰ ਤੇ ਕੰਮ ਰੱਖਦੀਆਂ ਹਾਂ ਜੀ ਜੇ ਆਪਾਂ ਤੁਹਾਨੂੰ ਇਹ ਚੀਜ਼ਾਂ ਚੋਂ ਕਹਿਦੀ ਵੀ ਇੱਕ ਚੀਜ਼ ਚੋਂ ਕਿਹੜੀ ਚੁਣੋਗੇ ਪਰਿਵਾਰ ਜੀ ਪਰਿਵਾਰ ਪਹਿਲਾਂ ਚੁਣੋਗੇ ਪਹਿਲਾਂ ਜੀ ਕਿਉਂ ਵੀਰੇ ਸਾਰਾ ਕੁਝ ਉਹਨਾਂ ਦਾ ਹੀ ਆ ਜਨਮ ਲਿਆ ਉਹਨਾਂ ਨੂੰ ਸਾਂਭਣਾ ਕਰਨਾ ਗਾ ਇੱਕ ਧੀ ਪੁੱਤ ਚੰਗੇ ਦਾ ਹੀ ਫਰਜ਼ ਹੁੰਦਾ ਹੂੰ ਜੇ ਮੈਂ ਇਕੱਲੇ ਕਬੂਤਰਬਾਜ਼ੀ ਨੂੰ ਕਹਾਂ ਵੀ ਦੋ ਚੀਜ਼ਾਂ ਚੋਂ ਚੁਣਨਾ ਆਪੇ ਮੈਂ ਕਬੂਤਰ ਕਬੂਤਰ ਕੀ ਕਰਨੇ ਬਈ ਜੇ ਪਰਿਵਾਰ ਹੀ ਨਹੀਂਗਾ ਕੀ ਬਾਤ ਹੈ ਅਭੀ ਗੱਲ ਬਈ ਸਮਝਣ ਵਾਲੀ ਹੈ ਸ਼ੌਂਕ ਤਾਂ ਆਪਾਂ ਜਦੋਂ ਮਰਜ਼ੀ ਕਰ ਲਈਏ ਜੇ ਆਪਣਾ ਪਰਿਵਾਰ ਨਹੀਂ ਤਾਂ ਆਪਣੇ ਸ਼ੌਂਕ ਕਿਸੇ ਕੰਮ ਨਹੀਂ ਆਉਂਦੇ ਬਾਈ ਦੀ ਸਿਆਣੇ ਵਾਲੀ ਗੱਲ ਸਿਆਣੀ ਹੁੰਦੀ ਐ ਵੀ ਜੇ ਕਿਉਂਕਿ ਹੁਣ ਸਾਰੇ ਜੰਗੇ ਮੈਂ ਇਹ ਸਵਾਲ ਤਾਂ ਕਰਿਆ ਸਾਰੇ ਮੁੰਡੇ ਜੰਗੇ ਜੇ ਬੈਠੇ ਆ ਕਈ ਜਵਾਕਾਂ ਦੇ ਨਾ ਮਨਾਂ ਦੇ ਵਿੱਚ ਕੀੜਾ ਵੜ ਜਾਂਦਾ ਵੀ ਨਾ ਨਾ ਮੈਂ ਤਾਂ ਕੁੱਤਰ ਡਾਉਣੀ ਡਾਉਨੇ ਆ ਉਹਦਾ ਮਾਪਿਓ ਬਿਮਾਰ ਪਿਆ ਹੁੰਦਾ ਘਰੇ ਜਾਂ ਕੋ ਘਰਦਿਆਂ ਤੰਗੀਆਂ ਤੋਸੀਆਂ ਹੁੰਦੀਆਂ ਨੇ ਘਰੇ ਗਰੀਬੀ ਹੁੰਦੀ ਆ ਉਹ ਗਰਾਰ ਕੋਈ ਇੱਕ ਡਾਈ ਬੈਠਾ ਹੁੰਦਾ ਬਸ ਵੀ ਦੇਖ ਦੇ ਕੇ ਲੋਕਾਂ ਨੂੰ ਮਨਾ ਨਾ ਮੇਰਾ ਕੁੱਤਰ ਬਾਜੀ ਕਰਨੀ ਆ ਜਾਂ ਮੈਂ ਤਾਂ ਆ ਕੰਮ ਕਰਨਾ ਸੋ ਬਾਈ ਨੂੰ ਆਪਾਂ ਸਵਾਲ ਤਾਂ ਪੁੱਛਿਆ ਵੀ ਸਿਆਣਾ ਬੰਦਾ ਗੱਲ ਇਹ ਸਿਆਣੀ ਕਰੂਗਾ ਵੇ ਨੌਜਵਾਨ ਮੁੰਡਿਆਂ ਨੂੰ ਇਹਨਾਂ ਨੂੰ ਵੀ ਸਿਹਤ ਮਿਲੂ ਕਿਉਂਕਿ ਜੰਗੇਜ ਨੇ ਦੇਖਣੀ ਐ ਇੰਟਰਵਿਊ ਨਵੇਂ ਮੁੰਡਿਆਂ ਨੇ ਉਹਨਾਂ ਨੂੰ ਹੀ ਪਤਾ ਲੱਗੇ ਵੀ ਯਾਰ ਕਬੂਤਰਬਾਜ਼ੀ ਦਾ ਆਪਣਾ ਵਾਅਦਾ ਕੀਤਾ ਸ਼ੌਂਕ ਆ ਆਪਾਂ ਪਹਿਲਾਂ ਉਹਦਾ ਪਰਿਵਾਰ ਦੇਖਣਾ ਜੇ ਆਪਣੇ ਚ ਗਜਾਇਸ ਆਪਣਾ ਪਰਿਵਾਰ ਆਪਾਂ ਪਾਲ ਰਹੇ ਆ ਆਪਣੇ ਮਾਪਿਆਂ ਨੂੰ ਢੱਲ ਮਾਠ ਆਪਾਂ ਉਹ ਪਹਿਲਾਂ ਦੇਖਣੀ ਐ ਉਹਦੀ ਕੇਅਰ ਕਰਨੀ ਹੈ ਉਦੋਂ ਬਾਅਦ ਸ਼ੌਂਕ ਕਰਨਾ ਹਨਾ ਬਾਈ ਤੇ ਬਾਈ ਜੀ ਆਪਾਂ ਗੱਲ ਕਰਦੇ ਆਂ ਉਸਤਾਦੀ ਸ਼ਗਿਰਦੀ ਹਾਂਜੀ ਤੇ ਉਸਤਾਦੀ ਸ਼ਗਿਰਦੀ ਜਿਹੜੀ ਆਪਣੀ ਰਸਮ ਐ ਹਾਂਜੀ ਉਹਦੇ ਵਿੱਚ ਕੀ ਕੀ ਜ਼ਿਆਦਾਤਰ ਪਹਿਲ ਦੇ ਆਧਾਰ ਤੇ ਕੀ ਕਰਨਾ ਚਾਹੀਦਾ ਪਹਿਲ ਦੇ ਆਧਾਰ ਤੇ ਪਹਿਲਾਂ ਤਾਂ ਵੀਰੇ ਇਮਾਨਦਾਰੀ ਬਹੁਤ ਜ਼ਰੂਰੀ ਆ। ਤੁਸੀਂ ਕਿਹਦੇ ਕੋਲੇ ਚੱਲੇ ਹੋ, ਕੌਣ ਆ, ਕਿਵੇਂ ਆ ਉਹਦੇ ਬਾਰੇ ਪਤਾ ਕਰੋ। ਠੀਕ ਹੈ ਨਾ? ਹਮਮ ਉਸਤਾਦੀ ਸ਼ਗਿਰਦੀ ਦੇ ਵਿੱਚ ਵੀਰ ਜੀ ਜਦੋਂ ਆਪਾਂ ਕਿਸ ਨੂੰ ਉਸਤਾਦ ਬਣਾ ਲੈਂਦੇ ਆ ਨਾ ਉਹ ਇੱਕ ਪਿਓ ਦੇ ਬਰਾਬਰ ਹੁੰਦਾ। ਬਿਲਕੁਲ ਜੀ। ਅੱਜ ਕੱਲ ਦੀਆਂ ਜਿਹੜੀਆਂ ਉਸਤਾਦੀਆਂ ਸ਼ਗਿਰਦੀਆਂ ਹੁੰਦੀਆਂ ਉਹ ਹੈਗੀਆਂ ਗੱਲਾਂ ਹੀ। ਹਮਮ ਲੋਕਾਂ ਨੂੰ ਸਹੀ ਪਤਾ ਹੀ ਨਹੀਂ ਵੀ ਉਸਤਾਦੀ ਸ਼ਗਿਰਦੀ ਹੈ ਕੀ ਆ। ਹਮਮ ਆਮ ਤੌਰ ਤੇ ਉਹਨਾਂ ਪੈਸਾ ਚੱਕਦੇ ਆ, ਪੱਗ ਲੈ ਜਾਂਦੇ ਆ ਲੋਜੀ ਹੋਗੇ ਉਸਤਾਦੀ। ਉਸਤਾਦੀ ਸ਼ਗਿਰਦੀ ਦਾ ਮਤਲਬ ਹੈਗਾ ਵੀ ਸਾਰੀ ਉਮਰ ਉਸ ਬੰਦੇ ਦੇ ਨਾਲ ਜੁੜਨਾ ਠੀਕ ਹੈ ਜੀ ਉਹਦੇ ਤੇ ਦੁੱਖ ਆਵੇ ਤਕਲੀਫ ਆਵੇ ਜਾਂ ਉਹਦੇ ਸ਼ਗਿਰਦ ਤੇ ਆਵੇ ਉਹਦੇ ਨਾਲ ਖੜਨਾ ਇੱਕ ਦੂਜੇ ਦੇ ਨਾਲ ਹਾਂਜੀ ਦੋ ਪਰਿਵਾਰਾਂ ਦਾ ਮੇਲ ਹੋ ਜਾਂਦਾ ਜੀ ਬਿਲਕੁਲ ਠੀਕ ਹੈ ਜੀ ਅਕਸਰ ਉਹਦੇ ਵੀ ਮਾਪਿਓ ਗਾ ਠੀਕ ਆ ਸਾਰੇ ਆਉਂਦੇ ਜਾਂਦੇ ਆ ਪਰ ਅੱਜ ਦੀ ਉਸਤਾਦੀ ਸ਼ਗਿਰਦੀ ਦੇ ਵਿੱਚ ਕਈ ਤਰ੍ਹਾਂ ਦੇ ਇਨਸਾਨ ਆਉਂਦੇ ਹਾਂਜੀ ਇੱਕ ਤਾਂ ਆਉਂਦੇ ਆ ਵੀ ਆ ਚੱਕ ਵੀਰੇ ਉਸਤਾਦੀ ਸ਼ਗਿਰਦੀ ਹੋਗੀ ਤੇ ਆਪਾਂ ਸਾਰੀ ਉਮਰ ਤਰੇ ਨਾਲ ਹਮ ਇੱਕ ਆਉਂਦੇ ਆ ਵੀ ਆ ਲੋ ਉਸਤਾਦੀ ਸ਼ਗਿਰਦੀ ਹੋਗੀ ਵੀਰ ਦੀ ਖੇੜ ਦੇਤੀ ਕਬੂਤਰ ਦੇਤੇ ਜੇ ਤਾਂ ਉਹ 1 ਸਾਲ ਦੇ ਵਿੱਚ ਜਿੱਤ ਗਿਆ ਠੀਕ ਆ ਨਹੀਂ ਕਹਿੰਦੇ ਬਾਈ ਜੀ ਸੱਤ ਸ਼ਰੀਆ ਕਾਲ ਠੀਕ ਹੈ ਠੀਕ ਹੈ ਜੀ ਇਹ ਮਤਲਬ ਉਸਤਾਦੀਸ਼ ਕਰਦੀ ਦਾ ਆਪਣੇ ਲੋਕਾਂ ਚ ਬਣਿਆ ਹੋਣਾ ਸਹੀ ਹੁਣ ਜੇ ਆਪਾਂ ਕਹੀਏ ਕੂਤਰਾਂ ਜੇ ਆਪਾਂ ਪੈਸੇ ਲੈਨੇ ਆ ਲੱਖ ਡੇਢ ਲੱਖ ਲੈਨੇ ਜਾਂ ਕੋਈ ਕਿੰਨੇ ਲਈ ਜਾਂਦਾ ਹਨ ਉਹ ਹਿਸਾਬ ਨਾਲ ਕਬੂਤਰ ਵੀ ਦਿੰਦਾ ਸਾਰਾ ਕੁਝ ਦਿੰਦਾ ਪਰ ਜਿਹੜੀ ਵੈਸੇ ਉਸਤਾਦੀਸ਼ ਕਰਦੀ ਹੁੰਦੀ ਸੀ ਉਹ ਪੱਗ ਦੇਣ ਦੇ ਨਾਲ ਹੀ ਉਸਤਾਦ ਮੰਨਿਆ ਦੇ ਅਗਲੇ ਨੂੰ ਆਪਾਂ ਕੰਮ ਸਿਖਾਉਂਦੇ ਕੋਈ ਪੱਲਿਓ ਆਪਾਂ ਚੀਜ਼ ਨਹੀਂ ਦਿੰਦੇ ਸੀ ਆਪਾਂ ਸਿਰਫ ਆਪਦੀ ਕਲਾ ਦਿੰਦੇ ਸੀ ਉਹਨੂੰ ਸਿਖਾ ਦਿੰਦੇ ਸੀ ਉਹਨੂੰ ਰੋਟੀ ਪ ਹੁਣ ਜੇ ਕਬੂਤਰਾਂ ਚ ਆਪਾਂ ਪੈਸੇ ਲੈ ਰਹੇ ਆ ਤਾਂ ਉਹਨੂੰ ਲੱਖਾਂ ਦੇ ਕਬੂਤਰ ਵੀ ਨਾਲ ਦੇ ਰਹੇ ਆ ਤੇ ਉਹ ਜਿਹੜੀਆਂ ਬਾਜ਼ੀਆਂ ਵੀ ਹਾਂਜੀ ਸਮਾਂ ਵੀ ਦੇ ਰਹੇ ਆ ਲੱਖਾਂ ਦੀਆਂ ਬਾਜ਼ੀਆਂ ਵੀ ਉਹ ਜਿੱਤੂਗਾ ਜੇ ਮਿਹਨਤ ਕਰੂਗਾ ਤਾਂ ਕਈ ਤਰ੍ਹਾਂ ਦੇ ਉਸਤਾਦ ਦੀਆਂ ਸ਼ਗਿਰਦੀਆਂ ਹੁੰਦੀਆਂ ਕਈ ਤਾਂ ਹੁੰਦੀਆਂ ਜੀ ਸਾਲ ਵਾਸਤੇ ਵੀ ਇੱਕ ਸਾਲ ਚ ਸਾਨੂੰ ਹੀਰੋ ਬਣਾ ਦੇ ਜੇ ਨਹੀਂ ਬਣਿਆ ਤੇ ਅਗਲਾ ਕਰ ਅਗਲਾ ਉਸਤਾਦ ਹੁਣ ਤਾਂ ਹੀ 10-10 ਮਿੰਟ ਬਾਅਦ ਉਸਤਾਦ ਬਦਲ ਜਾਂਦੇ ਆ ਤਾਂ ਹੀ ਬਈ ਨਿਭਦੀ ਵੀ ਨਹੀਂ ਹਾਂਜੀ ਨਿਭਦੀ ਲਾਲਚ ਰੱਖ ਕੇ ਕਰਦੇ ਆ ਕੰਮ ਪਰਿਵਾਰ ਵਾਂਗੂ ਪਰਿਵਾਰ ਬਣ ਜਾਂਦਾ ਹੈ ਇਹਦਾ ਬਈ ਦੌਰ ਹੈ ਦੌਰ ਆਜ ਮਾੜਾ ਕੱਲੂ ਚੰਗਾ ਹੋ ਸਕਦਾ ਅੱਜ ਚੰਗਾ ਕੱਲੂ ਮਾੜਾ ਵੀ ਹੋ ਸਕਦਾ ਇਹ ਤਾਂ ਚੱਲਣਾ ਹੀ ਹੈ ਕੋਈ ਸਦਾ ਰੁੱਤ ਨਹੀਂ ਇੱਕੋ ਜੀ ਰਹਿੰਦੀ ਸਹੀ ਹੈ ਜੀ ਸਹੀ ਸਦਾ ਬੰਦਾ ਨਹੀਂ ਇੱਕੋ ਜਿਆ ਰਹਿੰਦਾ ਹੋ ਸਕਦਾ ਵੀ ਰੁੱਤ ਚੰਗੀ ਹੋਵੇ ਆਪਾਂ ਬਹਾਰ ਹੋ ਜੀ ਗਈ ਹੋ ਸਕਦਾ ਆਪਾਂ ਤੰਦਰੁਸਤ ਰੁੱਤ ਸਹੀ ਕਬੂਤਰ ਬਿਮਾਰ ਹੋ ਜਾਵੇ ਹੋ ਸਕਦਾ ਕਬੂਤਰ ਵੀ ਤੰਦਰੁਸਤ ਆਪਾਂ ਵੀ ਸਾਰਾ ਕੁਝ ਹੋਵੇ ਤੇ ਸਮਾਨ ਨਾਲ ਨਹੀਂ ਸਮਾਨ ਨਾਲ ਸਹੀ ਹੋਵੇ ਬਹੁਤ ਕੋਸ਼ ਆ ਜੀ ਇਹ ਚੀਜ਼ਾਂ ਹਾਂ ਉਹਦੇ ਤੇ ਕੀ ਕਹਿ ਸਕਾਂ ਉਹ ਗੁਰਦੇ ਹੋਣਾ ਇਹ ਥੋੜਾ ਉਹਨਾਂ ਦਾ ਵੀ ਯਾਰ ਆ ਤਾਂ ਕੰਮ ਆਪਾਂ ਨੂੰ ਕਾਮਯਾਬ ਨੇ ਆ ਛੱਡਿਆ ਉਹ ਫੜ ਲਿਆ ਉਹ ਛੱਡਿਆ ਇਹ ਤਾਂ ਕੰਮ ਚਾਹੀ ਕਰਨ ਛੋੜਿਆ ਵਾਲੀ ਗੱਲ ਵੀ ਹਾਂਜੀ ਹਾਂਜੀ ਇੱਕ ਹੀ ਹੁੰਦਾ ਹਨਾ ਹਾਂਜੀ ਹਾਂਜੀ ਤੇ ਬਾਈ ਜੀ ਇੱਕ ਆਪਾਂ ਗੱਲ ਕਰੀਏ ਵੀ ਕਈ ਵੇਰੀ ਹਾਂਜੀ ਆਪਾਂ ਦੇਖਦੇ ਆਂ ਵੀ ਬੰਦਾ ਤਾਂ ਟਿਕ ਕੇ ਖੜ ਜਾਂਦਾ ਵੇਲੇ ਹਾਂਜੀ 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 ਪਰ ਉਸਤਾਦ ਕੀ ਆ ਰੁਪਏ ਵੀ ਲੈ ਲੈਂਦੇ ਆ ਹਾਂਜੀ ਹੋਰ ਵੀ ਸਾਰਾ ਕੁਝ ਕਰਾਈ ਜਾਂਦੇ ਆ ਆ ਫਲਾਣੇ ਆ ਸਰੋਂ ਸਿੱਟਿਆ ਉਦੋਂ ਐਂਟਰੀ ਜਦੋਂ ਰੁਪਈਏ ਲੈ ਲਈ ਹਾਂਜੀ ਹਾਂਜੀ ਉਦੋਂ ਐਂਟਰੀਆਂ ਵੀ ਪ੍ਰਵਾਈ ਜਾਣਗੇ ਵਿਚਾਰੇ ਤੋਂ ਵੀ ਫਲਾਣੇ ਥਾਂ ਦਿੱਤੇ ਚੱਲ ਬਈ ਦੋ ਪੁੱਤਰਾਂ ਦੀਆਂ ਐਂਟਰੀਆਂ ਕਰਾਇਆ ਉਹ ਵੀ ਨਹੀਂ ਦੇਣੇ ਆਹ ਫਲਾਣੇ ਥਾਂ ਦੇ ਉੱਤੇ ਵੀ ਉਹੀ ਬਹਾਨੇ ਨਾਲ ਮਿਲਦੀ ਆ ਆਪਦੇ ਕੋਲੇ ਵੀ ਹੁੰਦੀ ਆ ਉਹ ਫਲਾਣੇ ਥਾਂ ਤੇ ਉੱਤੇ ਨਾ ਸਰੋ ਜੰਗੀ ਆਈ ਵੀ ਆ ਪਤਾ ਹੁੰਦਾ ਵੀ ਇਹ ਆਪੇ ਪੈਸੇ ਲੈ ਕੇ ਉਹ ਨਹੀਂ ਮਨੁੰਦੇ ਨੇ ਇੱਥੋਂ ਇੱਕ ਗੱਟਾ ਜਾਂ ਦੋ ਗੱਟ ਚੱਕ ਲਈ ਮੁਰਕ ਕੇ ਉਹ ਨਾ ਦਾ ਚੇਲਾ ਮੰਗਣਿਆ ਵੀ ਐਂ ਵੀ ਵਿੱਚ ਬੰਦੇਗਾ ਵੀ ਜਦੋਂ ਤੁਸੀਂ ਇੱਕ ਪਾਸੇ ਲੈ ਲੈ ਪੈਸੇ ਦੂਜੇ ਪਾਸੇ ਕਿਉਂ ਰਗੜਾ ਫੇਰਦੇ ਹੋ ਬਈ ਉਸ ਬਾਈ ਉਹਦੀ ਨੀਤ ਵੀ ਮਾੜੀ ਤੇ ਉਸਤਾਦ ਵੀ ਮਾੜਾ ਹੂੰ ਜਿਹੜਾ ਐ ਕਰੂਗਾ ਠੀਕ ਆ ਹੁਣ ਮੰਨ ਲਓ ਗੱਲ ਕਿਸੇ ਨੇ ਉਸਤਾਦ ਦੀ ਸ਼ਹਿਰ ਦੀ ਉਹ ਕੀ ਪਤਾ ਕਿਵੇਂ ਵਿਚਾਰਾ ਪੈਸੇ ਇਕੱਠੇ ਕਰਕੇ ਲਿਆ ਕਿਸੇ ਨੂੰ ਦਿਨੇ 10 ਰੁਪਏ ਨਹੀਂ ਦਿੱਤੇ ਜਾਂਦੇ ਯਾਰ ਜੇ ਬਾਈ ਘਰਦਿਆਂ ਨੂੰ ਪਤਾ ਘਰੇ ਤਾਂ ਮੈਂ ਕਹਿੰਦਾ ਕੋਈ ਸਹਿਮਤੀ ਦਾ ਬਹੁਤ ਘੱਟ ਲੜਕੇ ਕਰਦੇ ਬਾਈ ਜੇ 50 ਉਸਤਾਦ ਦੀਆਂ ਸ਼ਹਿਰ ਦੀਆਂ ਹੋਣੀਆਂ ਆ ਵਿੱਚੋਂ 25 ਜਾਂ 30 ਬੰਦੇ ਲੜਕੇ ਪੈਸਾ ਲੈ ਕੇ ਆਉਣਗੇ ਜਾਂ ਲੜਕੇ ਜਾਂ ਜਿਵੇਂ ਕੰਬਾ ਸੱਜਾ ਕਰਦੇ ਆ ਜਿਵੇਂ ਮਰਜ਼ੀ ਕਰ ਲਓ ਘਰ ਦਾ ਨਹੀਂ ਸਹਿਮਤੀ ਨਾਲ ਨਹੀਂ ਲੈ ਗਿਆ ਫਿਰ ਆਪਾਂ ਨੂੰ ਉੱਥੇ ਸੋਚਣਾ ਚਾਹੀਦਾ ਵੀ ਆ ਵਿਚਾਰ ਆਪ ਨੂੰ ਪਤਾ ਤਾਂ ਲੱਗ ਜਾਂਦਾ ਬੰਦਾ ਕਿੰਨੇ ਕ ਪਾਣੀ ਚਾਹੇ ਜਦੋਂ ਕੋਈ ਆਉਂਦਾ ਆਪਣੇ ਕੋਲੇ ਬਹਿੰਦਾ ਦੋ ਘੜੀਆਂ ਚਾ ਪਤਾ ਫਿਰ ਬਾਈ ਜੇ ਉਹਦੇ ਨਾਲ ਆਪਾਂ ਐ ਕਰਾਂ ਗਿਆ ਜਾਂ ਐਂਟਰੀ ਭਰ ਦੇ ਜਾਂ ਸੁਵਾਹ ਕਰ ਦੇ ਫਿਰ ਮੇਰੇ ਹਿਸਾਬ ਨਾਲ ਯਾਰ ਉਹ ਚੰਗੀ ਗੱਲ ਨਹੀਂ ਹੈਗੀ ਬਾਲੀ ਮਾਰੀ ਗੱਲ ਉਹ ਤਾਂ ਫਿਰ ਅਗਲੇ ਸ਼ੌਂਕ ਮਾਰਨ ਵਾਲਾ ਕੰਮ ਹੋਇਆ ਨਾ ਨਕਸ਼ਣਾ ਬੈਜੂ ਜਮੇ ਅਗਲਾ ਆਪਦੇ ਨੂੰ ਪਾਵੇ ਕਿ ਤੈਨੂੰ ਸੱਟ ਕੇ ਜਾਵੇ ਅੱਕਾ ਵਗਲਾ ਸ਼ੌਂਕ ਹੀ ਛੱਡ ਦਿੰਦਾ ਹਾਂ ਛੱਡ ਛੜਾ ਉਹ ਫਿਰ ਬਈ ਉਹ ਬੰਦੇ ਭਜਦੇ ਆ ਫਿਰ ਉਹ ਵੀ ਕੀ ਕਰਨ ਨਰੇਪੁਰੇ ਉਸਤਾਦ ਵੀ ਨਹੀਂ ਸਹੀ ਹੁੰਦੇ ਤੇ ਨਰੇਪੁਰੇ ਸ਼ਹਿਰ ਵੀ ਇਹ ਕੰਮ ਕਰਨ ਨਹੀਂ ਚਾਹੀਦਾ ਹਾਂਜੀ ਹਾਂਜੀ ਇਹ ਜਮਾ ਬਿਲਕੁਲ ਨਹੀਂ ਕਰਨਾ ਚਾਹੀਦਾ ਇੱਕ ਵਾਰ ਜਿਹੜਾ ਕਰਦਾ ਨੂੰ ਠੋਕ ਕੇ ਜਵਾਬ ਦੋ ਵੀਰੇ ਆਪਾਂ ਤਾਂ ਸਿੱਧਾ ਕਹਿੰਦੇ ਹਾਂ ਹੂੰ ਤੇ ਬਾਈ ਕੱਲੀ ਖੇੜ ਉੱਡਦੀ ਐ ਜਾਂ ਸਾਹਮ ਸਮਾਲ ਉੱਡਦੀ ਐ ਵੀਰੇ ਨਸਲ ਵੀ ਹੋਣੀ ਜ਼ਰੂਰੀ ਐ ਹੂੰ ਤੇ ਖੇੜ ਵੀ ਹੋਣੀ ਜ਼ਰ ਹੁਣ ਕਈ ਬੰਦਿਆਂ ਦਾ ਟੀਚਾ ਕੱਲੇ ਬਦਾਮਾਂ ਤੇ ਆ ਕਈ ਹੁਣ ਮੰਨ ਲਓ ਗੱਲ 100 ਬੰਦਾ 100 ਚ 20 ਕਹਿਣਗੇ 30 ਕੋਈ ਨਾ ਬਾਜ਼ੀਆਂ ਹੋਂਦੇ ਬਦਾਮ ਲਿਆਵਾਂਗੇ ਆਪਾਂ ਐ ਕਰਦਾਂਗੇ ਜੋਕ ਕਰਦਾਂਗੇ ਨਾ ਕੱਲੇ ਬਦਾਮਾਂ ਨੇ ਵੀ ਕੁਛ ਨਹੀਂ ਕਰਨਾ ਕੱਲੀ ਨਸਲ ਨੇ ਵੀ ਕੁਛ ਨਹੀਂ ਕਰਨਾ ਤੇ ਕੱਲੀ ਖੇੜ ਨੇ ਇਹ ਤਾਂ ਪੰਜੇ ਉਂਗਲਾਂ ਇਕੋ ਜੀਆਂ ਚਾਹੀਦੀਆਂ ਆਪਣੀਆਂ ਨਹੀਂ ਪੰਜੇ ਉਂਗਲਾਂ ਇਕੋ ਜੀਆਂ ਪਰ ਖੇੜ ਦੇ ਵਿੱਚ ਸਾੰਭ ਨਸਲ ਜੋ ਵੀ ਆਪਾਂ ਜੜੀ ਬੂਟੀ ਦੇਣੀ ਆ ਜਾਂ ਆਪਾਂ ਕੀ ਕਰ ਰਹੇ ਆ ਉਹ ਪੰਜੇ ਉਂਗਲਾਂ ਇਕੋ ਜੀਆਂ ਚਾਹੀਦੀਆਂ ਵੀਰੇ ਕਿਸਮਤ ਹਾਂਜੀ ਉਹ ਨਾਲ ਹੀ ਕਿਸਮਤ ਵੀ ਬਰਗਾਨ ਹੋਣੀ ਚਾਹੀਦੀ ਆ ਹਾਂਜੀ ਫੇਰ ਜਾ ਕੇ ਕੋ ਉਤਰ ਬਾਜੀ ਹੁੰਦੀ ਆ ਕਿ ਸਮਾਂ ਦੇਣਾ ਬਹੁਤ ਜ਼ਰੂਰੀ ਕਬੂਤਰਾਂ ਨੂੰ ਆਏ ਨਹੀਂ ਵੀ ਜੇ ਮੈਂ ਜੌਬ ਤੇ ਰਹਾ ਫਿਰ ਤਾਂ ਤੇ ਸਵੇਰ ਦੇ ਦਾਣੇ ਸ਼ਾਮ ਨੂੰ ਪਾਉਂ ਸ਼ਾਮ ਦੇ ਸਵੇਰ ਨੂੰ ਆਏ ਨਹੀਂ ਚੱਲਦੇ ਯਾਰ ਗੱਡੀ ਤਾਂ ਹੀ ਤਾਂ ਹਰੇਕ ਬੰਦਾ ਉੱਠ ਕੇ ਸਟਾਰ ਨਹੀਂ ਮੰਨਦਾ ਟਾਵੇਂ ਟਾਵੇਂ ਕਾਹ ਤੋਂ ਚੱਲਦੇ ਪੱਕਾ ਟਾਈਮ ਪੱਕਾ ਤੇ ਵੇਲੇ ਵਗ ਫਿਰ ਜਿਹੜਾ ਤੁਸੀਂ ਆਪ ਪਾਉਣਾ ਤੇ ਕਿਸੇ ਨੂੰ ਪਵਾਉਣਾ ਉਹਦੇ 'ਚ ਵੀ ਜ਼ਮੀਨ ਆਸਮਾਨ ਦਾ ਫਰਕ ਹੈ ਜੀ ਉਹ ਕਿਵੇਂ ਉਹ ਕਿਵੇਂ ਬਾਈ ਮੰਨ ਲਓ ਗੱਲ ਤੁਸੀਂ ਆਣ ਬੈਠ ਦੇਖ ਲਈ ਕੁਝੀ 'ਚ ਤੁਹਾਨੂੰ ਸ਼ੌਂਕ ਆ ਤੁਸੀਂ ਉਹ ਬਾਹਰ ਧੋ ਕੇ ਕੱਢ ਕੇ ਵਧੀਆ ਦਾਣਾ ਪਾਉਂਗੇ ਤੇ ਇੱਕ ਬੰਦਾ ਵੈਸੇ ਤੁਸੀਂ ਕਹਿੰਦਾ ਘਰੇ ਕਿਸ ਨੂੰ ਕਿਹਨੇ ਉਹਨੇ ਕਿਨਾ ਆਣਾ ਟਰੇ ਆ ਸਾਹਮਣੇ ਆਪਣਾ ਬ ਪਾਣੀ ਰੱਖਦਾ ਬਸ ਦੈਟਸ ਓਨ ਦੋਵੇਂ ਚੀਜ਼ਾਂ 'ਚ ਬਹੁਤ ਗੱਲਾਂ ਬੈਠਣਾ ਕੋਈ ਜੱਪੜਿਆ ਉਹ ਵੀ ਪਾ ਜਾਂਦਾ ਹਾਂ ਹਾਂਜੀ ਉਹਨੂੰ ਪਤਾ ਨਹੀਂ ਨਾ ਵੀ ਹੈ ਕੀ ਜਨਾ ਚੱਲਣ ਦੇ ਬਹੁਤ ਵਾਹੀ ਵੱਡਣਾ ਪੁੱਤਾਂ ਵਾਂਗੂ ਹੁਣ ਹਰੇਕ ਦੇ ਇੱਕ ਡਾਇਲੌਗ ਬਣਿਆ ਆਪਣੀ ਦੁਨੀਆ 'ਚ ਮੇਰੇ ਜੀ ਪੁੱਤਾਂ ਵਾਂਗੂ ਪਾਲਿਆ ਹੂੰ ਪੁੱਤਾਂ ਵਾਂਗੂ ਪਾਲਣ ਨੂੰ ਨਾ ਬਹੁਤ ਕੁਝ ਕਰਨਾ ਪੈਂਦਾ ਕੱਲਾ ਮੂੰਹ ਹਲਾਉਣ ਨਾਲ ਨਹੀਂ ਗੱਲ ਬੰਦੀ ਵੀਰੇ ਇਹ ਪਤਰਾਦਰਜਤਾ ਕੋਈ ਨਹੀਂ ਦੇ ਨਹੀਂ ਸਕਦੇ ਹੁਣ ਤਾਂ ਇੱਕ ਡਾਇਲੌਗ ਜਿਵੇਂ ਦੁਨੀਆ ਦੇ ਦੋ ਮਾਰਦੇ ਹੋਵੇਂ ਮਗਰ ਹੀ ਚੱਲ ਪਿਆ ਡਾਇਲੌਗ ਵਾਲਾ ਕੰਮ ਆ ਵੀ ਮੈਂ ਤਾਂ ਇਹ ਗੱਲ ਨੂੰ ਵਧੀਆ ਨਹੀਂ ਸਮਝਦਾ ਪੁੱਤਾਂ ਨੂੰ ਪੁੱਤਾਂ ਨੇ ਇਹਦੇ ਵਿੱਚ ਤਾਂ ਬਹੁਤ ਫਰਕ ਆ ਬਹੁਤ ਬਹੁਤ ਫਰਕ ਆ ਇਹਦੇ ਨਹੀਂ ਗੱਲ ਆ ਗਈ ਹੈ ਨਾ ਗੱਲਾਂ ਕਰਨੀਆਂ ਸੌਖੀਆਂ ਹੁੰਦੀਆਂ ਜੀ ਓਕੇ ਹਾਂ ਤੇ ਖਰਾ ਉਤਰਨਾ ਬਹੁਤ ਜ਼ਿਆਦਾ ਹੀ ਔਖਾ ਹੁੰਦਾ ਸੌਖਾ ਸੌਖਾ ਨਾ ਨਾ ਸੋਚਿਆ ਸੋਚਣਾ ਹੋ ਵੀ ਜੇ ਸੋਚੀ ਲਖ ਵਾਰ ਜੋ ਮਰਜ਼ੀ ਸੋਚੀ ਜਾ ਬੈਠਾ ਯਾਰ ਵਿਹਲਾ ਬੰਦਾ ਸੋਚੂਗਾ ਜੀ ਪਰ ਹੋਣਾ ਕੀ ਆ ਨਹੀਂ ਹੁਣ ਇਹ ਸਮਾਂ ਹੀ ਦੱਸੂਗਾ ਸੋਚ ਸਭ ਤੋਂ ਤੇਜ਼ ਆ ਹੁਣ ਇੱਥੇ ਬੈਠਿਆਂ ਸੋਚ ਆਜ਼ਾਦ ਆ ਸੋਚ ਇਹ ਬਹੁਤ ਸਿੱਧੇ ਕੰਮ ਵੀ ਕਰਾਉਂਦੀ ਆ ਬਾਈ ਬਾਈ ਪੁੱਠੇ ਵੀ ਕਰਾ ਦਿੰਦੀ ਬਾਈ ਠੇ ਵੀ ਕਰਾ ਸੋਚ ਹੀ ਗੰਦੀ ਹੁੰਦੀ ਬੰਦੇ ਦੀ ਜਦੋਂ ਬੰਦੇ ਦੀ ਸੋਚ ਛੇਤੀ ਮੀਰ ਹੋਣ ਦਾ ਲਾਲਚ ਹੋ ਜਾ ਉਹ 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 ਛੇਤੀ ਖਰਾਬ ਹੋ ਜਾਂਦਾ ਮਿਹਨਤ ਫਿਲਮਾਂ ਦੇਖਣ ਲੱਗ ਜੇ ਬੰਦਾ ਪਰ ਉਹ ਦਸਾਂ ਮਿੰਟ ਵਾਲੀ ਹੀਰੋ ਵੀ ਬਣ ਜਾਂਦਾ ਉਹ ਹੀਰੋ ਵੀ ਆਹ ਯਾਰ ਅਜੇ ਅਮੀਰ ਹੋ ਗਿਆ ਉਹ ਚੀਜ਼ਾਂ ਮਾਰ ਦਿੰਦੇ ਬਸ 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 ਮਿਹਨਤ ਹੀ ਕਰਦੇ ਹਾਂ ਹਾਂਜੀ ਹਾਂਜੀ ਬੀ ਜੀ ਹਾਂਜੀ ਤੇ ਆਪਾਂ ਜੇ ਆਪਾਂ ਗੱਲ ਕਰੀਏ ਵੀ ਇਹਦੇ ਜਿੱਤਨ ਖਾਤਰ ਕੂਤਰ ਡਾਉਣ ਖਾਤਰ ਸਾਰੀਆਂ ਚੀਜ਼ਾਂ ਇੱਕੋ ਜਿਹੀਆਂ ਚਾਹੀਦੀਆਂ ਇੱਕੋ ਜਿਹੀਆਂ ਪੰਜੇ ਤੇ ਬਈ ਜੇ ਹੁਣ ਆਪਾਂ ਗੱਲ ਕਰੀਏ ਖੇਡ ਦੀ ਹਾਂਜੀ ਖੇਡ ਤਾਂ ਫਿਰ ਏਡਾ ਹਉਆ ਕੀ ਬਣ ਜਾਂਦਾ ਹੈ ਖੇਡ ਤਾਂ ਹੁਣ ਆਮ ਹੀ ਤੁਸੀਂ ਦੇਖਦੇ ਹੋ ਵੀ YouTube ਤੇ ਵੀ ਤੁਰੇ ਕਰਦੇ ਆ ਫੇਸਬੁਕ ਤੇ ਵੀ ਆਮ ਵੀ ਬੰਦੇ ਇੱਕ ਦੂਜੇ ਨੂੰ ਵੀ ਫਿਰ ਏਡਾ ਖੇਡਦਾ ਹੂਗਾ ਕਿਉਂ ਖੇਡਦਾ ਹੂਆ ਆਏ ਆ ਬਈ ਖੇਡ ਕੰਮ ਵੀ ਬਹੁਤ ਕਰਦੀ ਆ ਹੂੰ ਬਹੁਤ ਕੰਮ ਕਰਦੀ ਆ ਨਸਲ ਤੋਂ ਬਾਅਦ ਇੱਕ ਖੇੜ ਹੀ ਆ ਜਿਨ੍ਹਾਂ ਨੂੰ ਸਿਰੇ ਲਾ ਹੂੰ ਹੂੰ ਜਿਵੇਂ ਆਪਾਂ ਉਹਨੂੰ ਸਾਂਭਦੇ ਆ ਕਰਦੇ ਆ ਜੋ ਆਪਾਂ ਜੜੀਆਂ ਬੂਟੀਆਂ ਬਣਾਉਂਦੇ ਆ ਉਹ ਕੰਮ ਕਰਦੀ ਆ ਵੀਰੇ ਫੁੱਲੀ ਹੂੰ ਖੇੜ ਵੀ ਜ਼ਰੂਰੀ ਆ ਨਸਲ ਵੀ ਜ਼ਰੂਰੀ ਆ। ਹੂੰ ਖੇੜ ਹਰੇਕ ਦਾ ਪੜਦਾ ਹੁਣ ਮੰਨ ਲਾ ਗੱਲ ਬਾਈ ਨਸਲਾਂ ਦੇ ਪੜਦੇ ਨਹੀਂ ਰਹਿਗੇ ਹੁਣ ਖੇਡਾਂ ਦੇ ਪੜਦੇ ਆ। ਹੂੰ ਨਸਲਾਂ ਦਾ ਮੰਨ ਲਾ ਗੱਲ ਹਰੇਕ ਹੀ ਕਹਿੰਦਾ ਮੇਰੇ ਫਲਾਨੇ ਵਾਲਾ ਬੈਠਾ ਜੀ ਮੇਰੇ ਢਿੰਗੜਾ ਵਾਲਾ ਬੈਠਾ ਫਲਾਨਾ। ਹੁਣ ਮੰਨ ਲਓ ਗੱਲ ਵੀ ਬਾਜ਼ੀਆਂ ਹੁਣ ਕਿਹੜੇ ਪਿੰਡ ਨਹੀਂ ਹੁੰਦੇ। ਬਹੁਤ ਹੁੰਦੀਆਂ। ਕਿੰਨੇ ਕਬੂਤਰ ਉੱਥੇ ਰਹਿ ਜਾਂਦੇ ਆ। ਹਰੇਕ ਕੋਲੇ ਚੰਗੇ ਕਬੂਤਰ ਬੈਠੇ ਆ। ਹਰੇਕ ਕੋਲੇ ਬੱਚੇ ਕੋਲੇ ਵੀ ਇਸ ਟਾਈਮ ਚੰਗਾ ਕਬੂਤਰ ਬੈਠਾ ਉਹ ਕਿਸੇ ਦਾ ਚੱਕਿਆ ਚਕਾਇਆ। ਸਹੀ ਗੱਲ। ਠੀਕ ਆ ਨੀ। ਰਹਿ ਗਈ ਫਿਰ ਖੇੜ। ਜੇ ਜਿਹਦੇ ਕੋਲੇ ਖੇੜ ਆ ਫਿਰ ਭਾਈ ਉਹ ਕਿਤਨਾ ਕਿਤੇ ਦਾਲ ਲਾਈ ਜਾਂਦਾ ਹਮ ਖੇੜ ਵੀ ਬਹੁਤ ਜ਼ਰੂਰੀ ਆ ਨਸਲਾਂ ਆਪਦੀ ਥਾਂ ਜੋਰ ਲਾਉਣੀਆਂ ਪਰ ਹੌਸਲਾ ਨਾਲ ਦੇਣਾ ਥੋੜਾ ਜਿਆ ਬਹੁਤ ਜ਼ਰੂਰੀ ਹੁੰਦਾ ਹਮ ਭਾਈ ਖੇੜ ਇੱਕ ਆਪਾਂ ਗੱਲ ਕਰਦਾ ਵੀ ਖੇੜ ਆ ਜਿਹੜੀ ਹਾਂਜੀ ਖੇੜ ਪਰ ਹੁਣ ਸਾਰਿਆਂ ਨੂੰ ਪਤਾ ਵੀ ਆ ਕਿਸੇ ਥੋੜਾ ਟਾਈਮ ਅੱਡ ਹੋ ਹਾਂਜੀ ਹਾਂਜੀ ਕਿਸੇ ਦਾ ਹੋਰ ਹੋਰ ਅੱਡ ਹੋਣਾ ਮੰਨ ਕੇ ਚੱਲ ਹਾਂਜੀ ਹਾਂਜੀ ਵੀ ਜਿਹੜੀ ਬਰਾਮਾ ਦੀ ਟੱਕ ਹੁੰਦੀ ਆ ਇੰਜਨ ਉਹ ਕਰਦੀ ਆ ਕਬੂਤਰ ਦਾ ਹਾਂਜੀ ਜਾ ਬਾਕੀ ਖੇੜ ਦਾ ਸਮਾਨ ਜਿਹੜਾ ਵਿੱਚ ਪਾਣੀ ਦੇ ਵਿੱਚ ਸਮਾਨ ਪੈਂਦਾ ਉਹ ਕਰਦਾ ਖੇੜ ਦਾ ਸਮਾਨ ਕਰਦਾ ਹਮ ਜਾਨੀ ਕਿ ਬਦਾਮਾ ਦੀ ਮੈਂ ਬਦਾਮਾ ਨੂੰ ਜ਼ੀਰੋ ਸਮਝਦਾ ਹਮ ਬਦਾਮਾ ਨੂੰ ਜ਼ੀਰੋ ਸਮਝਦਾ ਮੰਨ ਲਓ ਗੱਲ ਵੀ ਜਿਹੜੀ ਨਾ ਆਪਾਂ 6 ਮਹੀਨਿਆਂ ਪਹਿਲਾਂ ਖਾਦ ਪਾਉਂਦੇ ਹਾਂ ਬਾਜੀਆਂ ਲਈ ਖਾਦ ਕੀ ਕਰਦੀ ਆ ਸਾਰਾ ਕੌਸ਼ ਹੀ ਉਹਦਾ ਵਾ ਹਮ ਜਿਹੜੀ ਆਪਾਂ ਸਿਆਲਾਂ ਚ ਖਾਦ ਪਾਉਣੀ ਆ ਨਾ A to Z A to Z ਕੰਮ ਉਹਦਾ ਉਹ ਕਿਵੇਂ ਉਹ ਕਿਵੇਂ ਬਾਈ ਜਦੋਂ ਆਪਾਂ ਸਿਆਲਾਂ ਚ ਕੂਤਰਾਂ ਨੂੰ ਤਗੜੇ ਕਰਦੇ ਆ ਮੰਨ ਲਓ ਕਿ ਆਪਾਂ ਖਰਾਕ ਪਾਉਂਦੇ ਆ ਉਹਨਾਂ ਨੂੰ ਰਾਜੀ ਕਰਦੇ ਆ ਪ੍ਰੋਪਰ ਖਰਾਕ ਦੇ ਰਹੇ ਆ ਪ੍ਰੋਪਰ ਧਿਆਨ ਰੱਖ ਰਹੇ ਆ ਉਹ ਤੰਦਰੁਸਤੀ ਉਹਨਾਂ ਦੇ ਨਾਲ ਜਾਊਗੀ ਉੱਥੋਂ ਤਾਈਂ ਜਿਹੜੇ ਬਾਦਾਮ ਆ ਬਾਦਾਮ ਹੈ ਕੀ ਆ ਪਹਿਲਾਂ ਹੀ ਪਤਾ ਕਰੋ ਬਾਦਾਮ ਇੱਕ ਪ੍ਰੋਟੀਨ ਆ ਉਹਨਾਂ ਨੇ ਚਰਬੀ ਨਹੀਂ ਦੇਣੀ ਹੂੰ ਛੋਟੀ ਜੀ ਘਾਤ ਸੁਣਾਉਣ ਲੱਗਾ ਵਾ ਆ ਵੀਰ ਉਹ ਨਹੀਂ ਬੈਠੇ ਆ ਰੱਤਾ ਕਬੂਤਰ ਉੱਡਿਆ ਕਰੇ ਕਰੇ ਤੁਹਾਡੀ ਉਸੇ ਗੱਲ ਦਾ ਆਨਸਰ ਆ ਰੱਤਾ ਕਬੂਤਰ ਉੱਡਿਆ ਕਰੇ ਕਰੇ ਕਿੰਨਾ ਉੱਡਿਆ ਕਰੇ ਵੀ ਰਾਤ ਨੂੰ ਵੀ ਬਾਹਰ ਰਹਿੰਦਾ ਰਾਤ ਨੂੰ ਬਾਹਰ ਰਹਿ ਜਾਂਦਾ ਸੀ ਇਹਨਾਂ ਨੇ ਮੈਥੋਂ ਨਹੀਂ ਪੁੱਛਿਆ ਨਾ ਦਿਮਾਗ 'ਚ ਕੀੜਾ ਆਇਆ ਵੀ ਇਤੋਂ ਵੀ ਵੱਧ ਡਾ ਦਿਆ ਇਹਨਾਂ ਨੇ ਕੱਲੇ ਧਰਤੇ ਬਾਦਾਮ ਹੂੰ ਕਾਂਕ ਜਿਹੜੀ ਉਹ ਖਾਂਦਾ ਸੀ ਉਹ ਕਰਤੀ ਬੰਦ ਬੰਦ ਕੱਲੇ ਚੱਲਣ ਲੱਗੇ ਬਾਦਾਮ 15 16 ਐ ਪਾਉਣ ਲੱਗੇ ਜਦੋਂ ਨੂੰ ਬਾਜੀ ਦਾ ਟਾਈਮ ਆਇਆ ਹੂੰ ਕਬੂਤਰ 4 ਵਜੇ ਬਹਿ ਗਿਆ ਘਰੇ ਵੀ ਇਹਨਾਂ ਨੇ ਖੜੀ ਢਾਂਗੀ ਦੇ ਨਾਲ ਨਾਲ ਦਾ ਛੱਡ ਲਿਆ ਉੱਥੇ ਕਬੂਤਰ ਜਿੱਤ ਗਿਆ ਹੁਣ ਉਹਦੇ ਬਾਹਰ ਬਹਿਣ ਦਾ ਕਾਰਨ ਕਿਸੇ ਨੂੰ ਤਾਂ ਰੋਜ਼ ਦੇ 15 ਬਾਦਾਮ ਪੈਂਦੇ ਉਹ ਬਣ ਗਿਆ ਉਹਦਾ ਜਿਮ ਵਾਲਾ ਸਿਸਟਮ ਘਰੇ ਜਦੋਂ ਉਹ ਜ਼ੋਰ ਲਾਉਂਦਾ ਸੀ ਆ ਕੇ 15 ਬਾਦਾਮ ਮਿਲਦੇ ਸੀ ਉਹਨੂੰ ਕੱਲੀ ਪ੍ਰੋ ਚਰਬੀ ਨਹੀਂ ਨਰ ਰਹੀ ਸੀ ਤੇ ਉਹ ਪਤਲਾ ਜੈਮ ਵਾਂਗੂ ਜਿਵੇਂ ਆਪਾਂ ਕਹਿੰਦੇ ਪਤਲਾ ਹੋਣਾ ਪਤਲਾ ਹੋਣਾ ਫਿੱਟ ਹੋ ਗਿਆ ਫਿੱਟ ਹੋ ਗਿਆ ਤੇ ਜਦੋਂ ਆਈ ਬਾਜੀ ਫਿਰ ਜਦੋਂ ਉਹਨੂੰ ਧੋਤਾ ਤੜਕਿਓ ਪਾਣੀ ਤੋਂ ਲੈ ਕੇ ਸ਼ਾਮ ਦੇ ਪਾਣੀ ਦਈ ਗਏ ਦਈ ਗਏ ਦਈ ਗਏ ਵਿੱਚ ਹੈ ਨਹੀਂ ਸੀ ਉਦੋਂ ਵੀ ਸਾਫ਼ ਹੋ ਗਿਆ ਉਹ ਬਹਿ ਗਿਆ ਬਦਾਮ ਤਾਂ ਸਿਰਫ ਆਪਾਂ ਵੀਰੇ ਕਬੂਤਰਾਂ ਨੂੰ ਤਾਂ ਦਿੰਨੇ ਆ ਬਈ ਕਣਕ ਦੇ ਨਾਲ ਉਹਨਾਂ ਨੂੰ ਲੱਗੇ ਵੀ ਰੱਜਮਾ ਵਾ ਇਹ ਗਿੱਲਾ ਪਦਾਰਥਾ ਛੇਤੀ ਹਾਜ਼ਮ ਹੋ ਜਾਂਦਾ ਤੇ ਅਗਲੇ ਦਿਨ ਕਬੂਤਰ ਦੀ ਉਡਾਈ ਲੈ ਜਾਂਦੀ ਹੈ ਹੁਣ ਤੁਸੀਂ ਇਹ ਵੇਖੋ ਵੀ ਬਦਾਮ ਪਾਉਨੇ ਆਪਾਂ 25-30 ਦਿਨ ਖਰਾਕ ਚੱਲਦੀ 6 ਮਹੀਨੇ 7 ਹਣ ਤੂੰ ਜੇ ਕੋ ਖਰਾਕ ਕੰਮ ਕਰੂਗੀ ਕਿ ਬਦਾਮ ਕੰਮ ਕਰੂਗੀ ਔਰ ਡਿਕਾਈ ਦੀ ਉਹ ਹੀ ਕੈਲਰੀ ਪੂਰੀ ਹੋ ਜਾਏਗੀ ਕੈਲਰੀ ਪੂਰੀ ਹੁੰਦੀ ਆ ਬਟ ਜਿੰਨੀ ਕਿ એનર્ਜੀ ਫੂਕਦਾ ਉਹ ਨਹੀਂ ਪੂਰੀ ਆ ਨਾ ਚਰਬੀ ਨਹੀਂ ਉਹਦੀ ਪੂਰੀ ਚਾਰ ਚਾਰ ਵੀ ਦਾ ਕਣਕ ਨਹੀਂ ਕਰਦਾ ਹਾਂ ਉਹ ਕਣਕ ਨਹੀਂ ਕਰਦਾ ਤੇ ਜੇ ਆਪਾਂ ਕੱਲੀ ਕਣਕ ਪਾਵਾਂਗੇ ਕੁੱਤਰ ਲੋੜ ਤੋਂ ਜ਼ਿਆਦਾ ਖਾਊਗਾ ਤੇ ਸੋਦਾ ਉਹਨੇ ਸਾਫ਼ ਨਹੀਂ ਹੋਣਾ ਤੇ ਆਪਣੇ ਤੋਂ ਉਡਾਈ ਨਹੀਂ ਲਈ ਯਾਨੀ ਕਿ ਉੱਤਰ ਚ ਗਰਮੀ ਪੈ ਜਾਊ ਉਹ ਗਰਮੀ ਪੈ ਉਹ ਬਿਮਾਰ ਹੋਊਗਾ ਉਹ ਬਿਮਾਰ ਹੋ ਜਾਊਗਾ ਬਦਾਮ ਤਾਂ ਸਿਰਫ ਇੰਨਾ ਕੰਮ ਕਰਦੇ ਨੂੰ ਹੌਸਲਾ ਦਿੰਦੇ ਵੀ ਮੈਂ ਯਾਰ ਖਾ ਲਿਆ ਕੁਛ ਰੱਜ ਗਿਆ ਪੂਟਾ ਫੁੱਲ ਇਹ ਬਈ ਡਾਈਆਂ ਹੁੰਦੀਆਂ ਹਾਂਜੀ ਤੇ ਡਾਈਆਂ ਦੇ ਕੋ ਖਰਾਕ ਵੱਧ ਘੱਟ ਵੀ ਪਾਉਣ ਦਾ ਫਰਕ ਬਣਦਾ ਆਪਣਾ ਉਹ ਡਾਈਆਂ ਤੇ ਵੀ ਐ ਹੋ ਜਾਂਦਾ ਜਿਵੇਂ ਅਸੀਂ ਕਰਦੇ ਆ ਮੈਨੂੰ ਕਿਸੇ ਦਾ ਨਹੀਂ ਪਤਾ ਹੈਗਾ ਹਨਾ ਮੰਨ ਲਓ ਗੱਲ ਵੀ ਕਬੂਤਰ ਨੂੰ 7-8 ਵਧਾਨ ਪਾਉਂਦੇ ਆਂ ਬਾਕੀ ਕਣਕ ਪਾਉਂਦੇ ਆਂ ਜਿੱਦੇ ਕਬੂਤਰ ਉੱਡ ਕੇ ਆਉਂਦਾ ਬੰਦੀਆਂ ਕਰ ਲੀਆ ਜਿੱਦੇ ਕਬੂਤਰ ਉੱਡ ਕੇ ਆ ਗਿਆ ਲੈ ਲਗਾਤਾਰ ਡਾਈਆਂ ਦੇ ਉੱਤੇ ਉਹੀ ਚੱਲਣਾ ਉਹੀ ਚੱਲਣਾ ਵੀ ਉਹ ਸੈਂਪਲ ਵੀ ਤੜਕੇ ਨੂੰ ਸਾਫ਼ ਕਰਾਉਣਾ ਪੈਣਾ ਕਰਾਉਨੇ ਆ ਵੀ ਲਗਾਤਾਰ ਡਾਈਆਂ ਅੱਛਾ ਵੀ ਲਗਾਤਾਰ ਡਾਈਆਂ ਕਰਾਉਣੇ ਪਰ ਸਾਫ਼ ਕਿਵੇਂ ਜਦੋਂ ਮੰਨ ਲਓ ਉਹਦੀ ਖਰਾਕ ਘਟਾਈ ਹੁੰਦੀ ਆ ਅੱਛਾ ਉਹਨਾਂ ਉਹਦਾ ਤੱਕ ਵੇਖਣੀ ਵੀ ਇਹ ਤੜਕੇ ਨੂੰ ਇੰਨੀ ਖਰਾਕ ਹਾਜ਼ਮ ਕਰਦਾ ਹਾਜ਼ਮ ਕਰਦਾ ਬਾਅਦ ਚੁੱਕੀ ਉਹਨਾਂ ਹੀ ਕਿ ਪਾਉਣੀ ਆ ਵਧਾਉਣੀ ਕਦੋਂ ਆ ਵੀ ਉਹਨੂੰ ਐਕਸਟਰਾ ਵੀ ਦੇਣੀ ਆ ਜਦੋਂ ਕਬੂਤਰ ਆਪਾਂ ਬ ਕੀ ਅੱਜ ਕਬੂਤਰ ਉੱਡ ਕੇ ਆ ਗਿਆ ਕੱਲ ਨੂੰ ਬੰਦ ਹੋਊਗਾ ਉਦੋਂ ਉਹਨੂੰ ਬਦਾਮ 6-7 ਦੇ ਕੇ ਕਾਨਕ ਡੱਕ ਵਿੱਚ ਖਵਾ ਦੇ ਫੁੱਲ ਖਵਾ ਦਿੰਿਆ ਅਗਲੇ ਦਿਨ ਤੜਕੇ 10 ਵਜੇ ਆਪਦੀ ਤੱਕ ਹੋਣੀ ਚਾਹੀਦੀ ਜੀ ਜਦੋਂ ਮਰਦੀ ਸਾਫ ਹੋ ਜੇ ਹਾਂਜੀ ਜਦੋਂ ਮਰਦੀ ਸਾਫ ਹੋ ਜੇ ਫਿਰ ਉਸ ਸਾਹਿਬ ਨਾਲ ਖਰਾਕ ਪਾਉਣੀ ਜੋ ਅਗਲੇ ਦਿਨ ਸਾਫ ਹੋ ਜਿੱਦẽ ਉਹਨੇ ਉੱਡਣਾ ਉਹਦੇ ਘਟ ਜਿੱਦẽ ਉੱਡ ਕੇ ਆਇਆ ਸ੍ਰੀ ਵਾਰਤ ਕਰਕੇ ਬੰਦੀ ਹੈ ਬੰਦੀ ਵਾਲੇ ਦਿਨ ਘਟ ਘਟ ਇੱਕ ਦਿਨ ਪਹਿਲਾਂ ਓਵਰ ਵੀ ਦਿੱਤੀ ਆ ਨਾ ਬੰਦੀ ਉੱਡ ਕੇ ਆਇਆ ਉਹਦੇ ਤਾਂ ਫੁੱਲ ਪਾ ਫੁੱਲ ਦੇਣੀ ਕਿਉਂਕਿ ਵੀਰੇ ਉਹਦਾ ਸਰੀਰ ਦਾ ਬੰਦੀ ਆ ਉਹਦੇ ਘੱਟ ਪਾ ਦੋ ਨਾ ਦੂਜੇ ਦਿਨ ਉੱਟਣਾ ਦੂਜੇ ਨੇ ਤੇ ਖਰਾਕ ਜਿੱਦੇ ਉੱਡ ਕੇ ਆਇਆ ਉਹਦੇ ਵੱਧ ਖਿੱਚੋ ਉਹਦਾ ਖਿੱਚੂ ਵੀ ਜ਼ੋਰ ਲੱਗਿਆ ਜ਼ੋਰ ਲੱਗਿਆ ਉੱਡ ਕੇ ਆਇਆ ਤੇ ਉਹ ਲੱਗੂ ਵੀ ਤੇ ਜਿਹੜੀ ਬੈਠੇ ਨੇ ਬਿਠਾ ਮਾਰਨੀਆਂ ਉਦੋਂ ਥੋੜੀ ਉਦੋਂ ਫਿਰ ਆਪਾਂ ਸਟਾਰਟਿੰਗ ਦੇਣੀਆਂ 10 ਡਾਈਆਂ ਜਾਂ 9 8 ਜੋ ਵੀ ਆਪਾਂ ਕੁੱਤਰ ਹਿਸਾਬ ਨਾਲ ਲੈਣੀਆਂ ਉਦੋਂ ਕੰਟਰੋਲ 'ਚ ਫਿਰ ਵਧਾਉਣੀ ਆ ਫਿਰ ਜਿੱਦੇ ਡਾਉਣਾ ਉਹਦੇ ਇੱਕ ਦਿਨ ਪਹਿਲਾਂ ਥੋੜੀ ਹਰੇਕ ਚੀਜ਼ ਦਾ ਤਾਲਮੇਲ ਸੈੱਟ ਪਾਉਣਾ ਪੈਂਦਾ ਵੀਰੇ ਦਾਣੇ ਭਿਉਂ ਕੇ ਜਾਂ ਸੁੱਕੇ ਨਹੀਂ ਸੁੱਕੇ ਬਈ ਭਿਉਂ ਕੇ ਸਾਰੀਆਂ ਡਾਈਆਂ ਸਾਰੀਆਂ ਡਾਈਆਂ ਜ਼ਿੰਦਗੀ ਚ ਕਦੇ ਗੱਲਾ ਬਦਾਂ ਸੌਰੀ ਕਣਕ ਨਹੀਂ ਪਾਈ ਬਈ ਆਹ ਬੰਦੀ ਵਾਲੀਆਂ ਡਾਈਆਂ ਕਿੰਨੀਆਂ ਲੈਣੇ ਆ ਬਈ ਬਈ ਇਹ ਕਬੂਤਰ ਦੇ ਸਿਰ ਤੇ ਆ ਆਮ ਹੀ ਹੁਣ ਇੱਕ ਤਾਂ ਸਿਸਟਮ ਬਣਿਆ ਵਾ ਸਾਰੇ ਕੂਤਰ ਬਾਜਾਂ ਚ ਮੈਂ ਨਹੀਂ ਕਹਿੰਦਾ ਵੀ ਹੋ ਸਕਦਾ ਸਾਰੇ ਇਹ ਸੋਚਦੇ ਆ ਵੀ 10 ਦਿਨ ਸੁੱਕਾ ਡਾਉਣਾ ਵਾ ਹਰੇਕ ਦਾ ਡਾਇਲੋਗ ਹੈ ਇੱਕ ਜਵਾਗ ਨੂੰ ਪਤਾ ਹੋਊਗਾ 10 ਦਿਨ ਲਗਾਗਾ ਕੱਢ ਦੋ ਉਹ ਬੜਾ ਮਰਦਾ ਹੋਵੇ ਦਸਾਂ ਦਿਨਾਂ ਚ ਕੋਈ ਦਾਵਾ ਕਬੂਤਰ ਹੋਇਆ ਉਹਨਾਂ ਚ ਉਹ ਜਖੜਾ ਨਿਕਲ ਜੀ ਪੂਰਾ ਹੁੰਦਾ ਹੋਵੇ ਤਿੰਨ ਦਿ ਤੇ ਉਹ ਮਨ ਲਾ ਕੇ ਦੱਸ ਦਾਂ ਸੁੱਕਾ ਪੰਜ ਦਿਨ ਪਾਈਆਂ ਆ ਪਾਣੀ ਬੰਦੀ ਵਾਲੀ ਬੰਦੀਆਂ ਪਾਣੀ ਵਾਲੀਆਂ ਤੇ ਬਾਦ ਦੋ ਦਿਨ ਬਾਦ ਡਾ ਦੋ ਆ ਬਾਜੀ ਐ ਥੋੜੋ ਬਾਜੀਆਂ ਹੁੰਦੀਆਂ ਬਾਈ ਹਾਂਜੀ ਕਬੂਤਰ ਦੱਸੂਗਾ ਵੀ ਮੈਨੂੰ 10 ਸੁੱਕੀਆਂ ਚਾਹੀਦੀਆਂ ਵੀ ਮੈਂ ਰਾਜੀ ਜ਼ਿਆਦੇ ਆ ਮੇਰੇ ਚ ਚਰਬੀ ਜ਼ਿਆਦੇ ਇਹਨੂੰ 10 ਦਿਨ ਚਾਹੀਦੀ ਹੈ ਘਟਨ ਨੂੰ ਕਬੂਤਰ ਦੱਸੂਗਾ ਵੀ ਮੈਂ ਫੈਟ ਆ ਸਾਰਾ ਕੋਠੇਕਾ ਮੈਨੂੰ 5 ਦਿਨਾਂ ਬਾਅਦ ਹੀ ਮੈਂ ਸੈੱਟ ਹੋ ਗਿਆ ਹੂੰ ਫਿਰ ਉਸ ਹਿਸਾਬ ਨਾਲ ਬੰਦੀ ਲਾ ਕੇਗਾ ਕਬੂਤਰ ਦੱਸੂ ਵੀ ਮੈਨੂੰ ਪਾਣੀ ਦੇ ਉਦੋਂ ਦੇਣਾ ਐ ਨਹੀਂ ਵੀ ਅੱਜ ਇੱਕ ਨੂੰ ਕੱਢਿਆ ਤੇ 10 ਨੂੰ ਪਾਣੀ 11 ਨੂੰ ਹੂੰ ਉਹ ਤੁੱਕੇ ਨਹੀਂ ਉਹ ਇੱਕ ਕਬੂਤਰ ਦੀ ਮੰਨ ਕੇ ਚੱਲ ਬਈ ਜਦੋਂ ਆਪਾਂ ਕੱਢ ਲਿਆ ਇੱਕ ਕਬੂਤਰ ਦੀ ਡਾਨਤਾ ਬਈ ਉਹ ਰੋ ਤਿੰਨ ਦਿਨ ਡਾਇਲਗਾ ਦਾ ਤਿੰਨੇ ਦਿਨ 5 ਵਜੇ ਬਹਿਦਾ ਪੈਰਾ ਸਰ ਨਹੀਂ ਹੁੰਦਾ ਹਾਂਜੀ 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 ਇੱਕ ਕਬੂਤਰ ਆਪਾਂ ਡਾਉਣੇ ਆ ਪਗਰੋ ਬਹਿੰਦਾ ਪਹਿਲਾਂ 6:00 ਵਜੇ 2:30 ਦਾ 7:30 ਵਜੇ ਤਣੂ ਬਹਿ ਜਾਂਦਾ ਇੱਕ ਕਬੂਤਰ ਉਹਵੇਂ ਉੜਦਾ ਡਾਈਆਂ ਆਪਾਂ ਦੋਨਾਂ ਦੀ ਲਗਾਤਾਰ ਦਾੰਦਾਂ ਸਲੈਨ ਨੂੰ ਫਿਰਦੇ ਉਹ ਕਿਵੇਂ ਲੋਟ ਆਉਗਾ ਰਲਣਾ ਨਹੀਂ ਨਾ ਉਹ ਕੰਮ ਉਹ ਨਹੀਂ ਨਾ ਰਲਣਾ ਇਹ ਚੀਜ਼ ਫਿਰ ਮੰਨ ਕੇ ਚੱਲੋ ਜਿਹੜਾ ਕਰੇ ਆਪਣਾ ਪੜਾਉਂਦਾ ਹਨ ਜੇ ਲੋ ਬੰਦੀ ਚ ਕੱਢਦਾ ਕਈ ਕਬੂਤਰਾ ਦੀ ਗਲੇਟ ਜਾਂ ਕਈ ਕਬੂਤਰ ਰੜਾ ਬਾਲੇ ਪੜੇ ਹੁੰਦੇ ਸੀ ਬਾਲੇ ਪੜੇ ਹੁੰਦੇ ਹੁੰਦੇ ਜਿਵੇਂ ਹੁਣ ਇਹਦੀ ਬਾਈ ਬੁੱਗੀ ਪਰੇ ਛੱਡਦਾ ਸੀ ਉਹ 6ਵੇਂ ਦਿਨ ਬਾਜੀ ਛੱਡਦਾ ਸੀ ਮੈਂ ਠੀਕ ਠੀਕ ਹੈ ਜੀ 6ਵੇਂ ਪਤਨੀ 7ਵੇਂ ਦਿਨ ਤੰਨ ਦਾ ਕੱਢਾ ਲਗਾਤਾਰ ਦੋ ਪਾਣੀ ਉਹਨੂੰ ਹਾਂ ਦੋ ਪਾਣੀ ਹੀ ਲਾਏ ਠੀਕ ਹੈ ਜੀ ਤੇ ਪੰਜ ਹੋ ਗਈਆਂ 6ਵੇਂ ਡਾਈ ਤੇ ਮੈਂ ਬੁੱਗੀ ਪਰੇ ਛੱਡਦਾ ਸੀ ਠੀਕ ਹੈ ਜੀ ਤੇ ਕਈ ਕਬੂਤਰ ਆਪਾਂ ਐ ਪਾਉਂਦਾ ਕਿਉਂਕਿ ਹੁਣ ਪਤਾ ਕੀ ਗੱਲ ਆ ਤੁਹਾਡੇ ਵਾਲੀ ਗੱਲ ਬਈ ਹਰੇਕ ਬੰਦਾ ਉਹੀ ਚੀਜ਼ਾਂ ਰਿਪੀਟ ਕਰ ਜਾਂਦਾ ਚਾ ਹਾਂ ਜਿਆਦਾ ਪਏ ਕਹਿ ਸਕਦੇ ਆ ਵੀ ਲਗੋ ਰੱਖਦੇ ਆ ਜਾਂ ਫਿਰ ਇਹ ਕਹਿ ਸਕਦੇ ਆ ਵੀ ਯਾਰ ਉਹਨਾਂ ਕੋਲ ਤਰੀਕਾ ਹੀ ਇਹ ਹੈ ਤਰੀਕਾ ਹੀ ਇਹ ਆ ਬਕਰੀ ਇੱਕਾਈ ਇਹ ਉਹਨਾਂ ਨੇ ਬਦਲੇ ਹੀ ਨਹੀਂ ਕੰਮ ਵੀ ਪਹਿਲਾਂ ਉਸਤਾਦਾਂ ਨੇ ਕਹੇ ਬਸ ਬਸ ਉਹੀ ਚੱਲੀ ਜਾਂਦਾ ਵੀਰੇ ਜਾਂ ਫਿਰ ਇਹ ਹੋ ਸਕਦਾ ਬਈ ਸਨ ਵੇਖੋ ਕਿਹੜਾ ਚੱਲੀ ਜਾਂਦਾ 2023 ਚੱਲੀ ਜਾਂਦਾ ਜੇ ਹੁਣ ਆਪਾਂ ਉਹ ਪਹਿਲਾਂ ਜਿਵੇਂ ਆਪਾਂ ਗੱਲ ਕਰਦੇ ਸੀ ਵੀ ਆਪਦੇ ਦਾਦਿਆਂ ਪਰਦਾਦਿਆਂ ਦੇ ਤਰੀਕੇ ਤੇ ਚੱਲਾਂਗੇ ਤਾਂ ਫਿਰ ਅੱਥ ਨੂੰ ਕਿੱਲਾ ਵੀ ਨਹੀਂ ਸਪਰੇ ਹੋਣੀ ਨਹੀਂ ਹੋਣੀ ਹੁਣ ਕਿਵੇਂ 100 100 ਕਿੱਲਾ ਹੋ ਜਾਂਦਾ ਅੱਥ ਨੂੰ ਉਹ ਅਗਲਾ ਢੋਲ ਲੈ ਆਈ ਬੈਠਾ ਫਿਰ ਬਈ ਆਪਾਂ ਹੁਣ ਦੇ ਸਮੇਂ ਨਾਲ ਚੱਲਾਂਗੇ ਕੋਈ ਬੰਦੇ ਵੱਧ ਤਾਂ ਕੀ ਰਵਾਂਗੇ ਹਾਂ ਜਿਹੜਾ ਇਦੋਂ ਆਪਣੇ ਤੋਂ ਆਉਣ ਵਾਲਾ ਸਮਾਂ ਹੋਊਗਾ ਉਹਨੇ ਆਪਣੇ ਤਰੀਕੇ ਨਾਲ ਨਹੀਂ ਚੱਲਣਾ ਉਦੋਂ ਟੈਕਨੋਲੋਜੀ ਹੋਰ ਵੱਧ ਜਾਣੀ ਹੈ ਨਾ ਵੀਰੇ ਇਹ ਸਭੇ ਨਾ ਚੇਂਜ ਹੋਣਾ ਪੈਣਾ ਹੈ ਜੇ ਨਹੀਂ ਹੁੰਦੇ ਤਾਂ ਆਪਾਂ ਘਾਟੇ 'ਚ ਜਾਂਦੇ ਆ ਮੈਂ ਤਾਂ ਇੰਨਾ ਕਿ ਮੇਰਾ ਦਿਮਾਗ ਕੰਮ ਕਰਦਾ ਵੀ ਪਹਿਲਾਂ ਜਿਹੜੇ ਕਬੂਤਰ ਉੜਦੇ ਹੁੰਦੇ ਸੀਗੇ ਉਹ ਮੰਨ ਲਾ ਗੱਲ 40-45 ਉੜਦੇ ਸੀ ਹੂੰ 5-10 ਬਹਿ ਜਾਂਦੇ ਸੀ 5-10 ਪਾਣੀ ਤੇ ਉੜਦੇ ਵੰਡੀ ਦੀ ਬਾਜੀ ਹੁਣ ਕਬੂਤਰ ਹੀ 100-150 ਹੋ ਗਏ 150 ਹੋ ਗਏ ਚੌਗਣੇ ਕੁੱਤਰ ਹੋਗੇ ਨਸਲ ਕਿੰਨੀ ਹੋਗੀ ਅੱਗੇ ਨਸਲ ਆਉਣੀ ਹੈ ਕਿ ਅੱਧੇ ਸਤਾਮ ਹੀ ਹੋ ਗਿਆ ਹੁਣ ਫਿਰ ਆਪਾਂ ਉਹ 40ਾਂ 45ਾਂ ਵਾਲੀ ਗੇਮ ਕਰਾਂਗੇ ਕਿ 150 ਨੂੰ ਹਰਾਉਣ ਵਾਲੀ ਕਰਾਂਗੇ ਹਰਾਉਣ ਸਹੀ ਗੱਲ ਤੇ ਬਦਲਣਾ ਤਾਂ ਪਊਗਾ ਨਾ ਸਮਾਂ ਇਹ ਚੀਜ਼ਾਂ ਵੀਰ ਮੇਰਾ ਬਦਲਣਾ ਪੈਣਾ ਹੀ ਆ ਸਮੇਂ ਨਾਲ ਫੇਰ ਜਾ ਕੇ ਤਰੱਕੀ ਮਿਲਣੀ ਜੇ ਕਵਾਂਗੇ ਅੱਜ ਜਵੇਂ ਦੇ ਉਵੇਂ ਹੀ ਖੜੇ ਆ ਤੇ ਉਵੇਂ ਦੇ ਉਵੇਂ ਹੀ ਖੜੇ ਰਾਵਾਂਗੇ ਫਿਰ ਖੜੇ ਹੀ ਰਹਿ ਜਾਾਂਗੇ ਹਮ ਸਹੀ ਗੱਲ ਤੇ ਜਿਹੜਾ ਬਈ ਆਪਾਂ ਰੋਜ਼ ਕਬੂਤਰ ਆਪਣਾ ਬੰਦੀਆਂ ਚ ਅੱਜ ਪਾ 6 ਮਹੀਨਿਆਂ ਦਾ ਬੰਦ ਕਬੂਤਰ ਆ ਹਾਂਜੀ ਆਪਾਂ ਅੱਜ ਕੱਢ ਲਿਆ ਹਾਂਜੀ ਉੱਡ ਗਿਆ ਕਾਲੂ ਕੱਢ ਲਿਆ ਮੰਨ ਕੇ 2-3 ਦਿਨ ਦਿਨ ਮਾਰ ਗਿਆ ਉਹ ਕਬੂਤਰ ਹਾਂਜੀ ਹਾਂਜੀ ਉਹਨੂੰ ਫਿਰੋ ਕਿਵੇਂ ਬਾਜੀ ਛੱਡਾਇਆ ਜਾਵੇ ਕੀ ਟ੍ਰੀਟਮੈਂਟ ਕਰਕੇ ਛੱਡਾਇਆ ਜਾਵੇ ਵੀ ਕਿੰਨੇ ਦਿਨ ਹੀ ਅਡਾਈਆਂ ਸੁੱਕੀਆਂ ਕਿੰਨੇ ਪਾਣੀ ਵਾਲੇ ਕਿਸ ਹਿਸਾਬ ਕਰਕੇ ਬਈ ਕਬੂਤਰ ਤਾਂ ਐ ਹੋ ਜਾਂਦਾ ਜਿਹੜਾ ਰੋਜ਼ ਹੀ ਕਬੂਤਰ ਖਾਪ ਕੇ ਪੈਂਦਾ ਵਾ ਉਹਨੂੰ ਬੰਦੀਆਂ ਵੀ ਜ਼ਿਆਦਾ ਦੋ ਵੀ ਦੇਣੀਆਂ ਪੈ ਸਕਦੀ ਹੂੰ ਉਹ ਕਬੂਤਰ ਹੀ ਦੱਸੂਗਾ ਵੀ ਮੈਂ ਇੰਨਾ ਕੁ ਬਚ ਕੇ ਉਹਨਾਂ ਮੈਨੂੰ ਉਸ ਹਿਸਾਬ ਨਾਲ ਦਾ ਹੂੰ ਜੇ ਸਿੱਖ ਲਾਂਗੇ ਉਹ ਚੀਜ਼ਾਂ ਤੇ ਕਾਮਜਾਪ ਹੋ ਜਾਣਗੇ ਨਹੀਂ ਤਾਂ ਖਤਮ ਹੋ ਜੂ ਕਬੂਤਰ ਜਦੋਂ ਬਾਜੀ ਛੱਡਣਾ ਉਦੋਂ ਵਿੱਚ ਉਹਦੇ ਕੁਛ ਨਹੀਂ ਰਹਿਣਾ ਬੰਦੀਆਂ ਦੇਣੀਆਂ ਬਹੁਤ ਜੁਨੇ ਕਈ ਕਬੂਤਰ ਤੀਜੀ ਚੌਥੀ ਹੁਣ ਮੰਨ ਲਾ ਅੱਜ ਹੀ ਕਬੂਤਰ ਬੁੰਦਲ ਕੇ ਆ ਗਿਆ ਜਿਹੜਾ ਉਹਨੂੰ ਦਾਣਾ ਆਪਾਂ ਦੇਣਾ ਉਹਦੇ ਲੀਵਰ ਦਾ ਅੰਦਰੋਂ ਸਾਰੇ ਸਰੀਰ ਗਰਮੂ ਜ਼ੋਰ ਲੱਗਾ ਉਹਨੇ ਖਰਾਕ ਵੀ ਨਹੀਂ ਖਿੱਚਣੀ ਤੇ ਅਗਲੇ ਦਿਨ ਫੇਰ ਕਵਾਂਗੇ ਚੱਲ ਪੁੱਤਰਾ ਉਹ ਫਿਰ ਪੁੱਤਰ ਬਹਿ ਜਾਊਗਾ ਉਹ ਸੈਟਿੰਗ ਕਰਨੀ ਪਏਗੀ ਹਾਂਜੀ ਸੈਟਿੰਗ ਕਰਨੀ ਪਈ ਕਬੂਤਰ ਖਰਾਬ ਕਰ ਲਾਂਗੇ ਆਪਾਂ ਫੈਕਟਰੀ ਆਉਣੀ ਚਾਹੀਦੀ ਹੈ ਹਾਂਜੀ ਬਈ ਪਹਿਲਾਂ ਨੌਲੇਜ ਗਿਆਨ ਪਹਿਲਾਂ ਕਬੂਤਰ ਹੈ ਕੀ ਆ ਕਬੂਤਰ ਚੀਜ਼ ਕੀ ਆ ਇਹ ਖਾਂਦਾ ਪੀਂਦਾ ਕੀ ਇਹ ਕਦੋਂ ਹਾਜਮ ਕਰਦਾ ਫੇਰ ਜਦੋਂ ਤੁਹਾਨੂੰ ਇਹ ਚੀਜ਼ਾਂ ਪਤਾ ਲੱਗ ਗਈਆਂ ਫੇਰ ਬਾਜੀ ਤਾਂ ਪਾਲੀ ਪਿੱਛੇ ਆ ਉਸਤਾ ਅਗਲਾ ਹੁਣ ਉਹੀ ਗੱਲ ਬਈ ਉਸਤਾ ਸਿੱਧੀ ਉਸਤਾ ਦੀ ਸਗਰਦੀ ਕਰ ਹਾਂਜੀ 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 ਪਹਿਲਾਂ ਕਬੂਤਰ ਬਈ ਨੂੰ ਸਿੱਖੋ ਸਿੱਖੋ ਵੀ ਡਾਈਆਂ ਕਿਵੇਂ ਹੁੰਦੀਆਂ ਨੇ ਚ ਯਾਰ ਵੀ ਉੱਡ ਕੇ ਕਬੂਤਰ ਦਾ ਇਲਾਜ ਕਿਵੇਂ ਕਰੀਦਾ ਯਾਰ ਜ਼ੋਰ ਲਾ ਕੇ ਆ ਇਹਦਾ ਕਿਵੇਂ ਕਰੀਦਾ ਉਹ ਜੀਜਾ ਪਹਿਲਾਂ ਸਿੱਖੋ ਸਿੱਧੀ ਉਸਤਾਦੀ ਸਿਗਰਦੀ ਨਾ ਕਰੋ। ਆਂਡੇ ਦੋ ਤਿੰਨ ਸਾਲ ਪਹਿਲਾਂ ੱੱਕੇ ਖਾਓ। ੱੱਕੇ ਖਾਓ। ਆਂਡੇ ਧਰਾਉਂਦੇ ਆ ਨਾ। ਹੂੰ। ਆਂਡੇ 'ਚ ਰੱਬ ਜਾਣ ਪਾ ਦਿੰਦਾ। ਉਹਨੇ ਬੱਚਾ ਘੜਤਾ। ਹੂੰ। ਪਹਿਲਾ ਦਾਣਾ ਤੁਸੀਂ ਆਪਦੇ ਹੱਥਾਂ ਨਾਲ ਪਾਉਣਾ। ਜੇ ਤੁਸੀਂ ਹਰ ਰਹੇ ਆ ਤੇ ਆਪਦੀ ਗਲਤੀ ਨਾ ਹਰ ਰਹੇ ਆ। ਹੂੰ। ਜੇ ਨਸਲ ਦੇ ਚੰਗੇ ਕੂਤਰਾ। ਹੂੰ। ਤੁਹਾਨੂੰ ਨੌਲੇਜ ਨਹੀਂ। ਜੇ ਤੁਹਾਨੂੰ ਉਹ ਗਿਆਨ ਨਹੀਂ ਹੈਗਾ ਪਹਿਲੇ ਬੱਚੇ ਤੋਂ ਆਂਡੇ ਤੋਂ ਨਿਕਲਣ ਤੋਂ ਬਾਅਦ ਬਾਜੀ ਤੱਕ ਕਿਵੇਂ ਸਹੀ ਸਲਾਮਤ ਲੈ ਕੇ ਜਾਣਾ। ਤਾਂ ਜਿਉਂ ਤਾਂ ਨੱਕ ਤੇ ਫੈਂਸੀਆਂ ਹੋਈਆਂ ਜਿਗਾਂ ਮ ਉਹਨੂੰ ਹੋਇਆ ਸਾਲਾਂ ਤੁਸੀਂ ਧਿਆਨ ਨਹੀਂ ਦਿੱਤਾ ਵੀ ਜਿਹੜੇ ਆਪਾਂ ਕਹਿ ਦਿੰਨੇ ਕੂਤਰ ਛੱਪੜ ਤੇ ਗਿਆ ਜਿੱਤੇ ਤਾਨੂੰ 2 2.5 ਬਦਾਮ ਹੁੰਦੇ ਉਹਦਾ ਛੱਪੜ ਤੇ ਜਾਣ ਦਾ ਕਾਰਨ ਉਹ ਨਹੀਂ ਬੰਦਾ ਜਿਹੜਾ ਉਦੋਂ ਪਹਿਲਾਂ ਤੁਸੀਂ ਤੁਹਾਡੇ ਸਾंभਿਆ ਸਿਆਲਾਂ ਟਰੀਟਮੈਂਟ ਗਰਮ ਖਰਾਕ ਪਾਈ ਠੰਡੀ ਖਰਾਕ ਪਾਈ ਆ ਉਹਦਾ ਕਾਰਨ ਆ ਛੱਪੜ ਤੇ ਜਾਣ ਦਾ ਉਹ 2 3 4 ਬਦਾਮਾਂ ਦੇਣਾ ਕੂਤਰ ਛੱਪੜ ਤੇ ਨਹੀਂ ਜਾਂਦਾ ਲੈਵਲ ਹੋਈ ਪਈ ਆ ਹਾਂਜੀ ਫੋਨ ਦੀ ਬੈਟਰੀ ਆਪਾਂ ਚਾਰਜ ਕਰਦੇ ਆ 100 ਹੋ ਜਾਂਦੀ ਆ ਹੂੰ ਸਿੱਧੀ 0 ਤੇ ਤਾਂ ਨਹੀਂ ਆਉਂਦੀ 98 ਆਉਗੀ 97 ਆਉਗੀ 95 ਆਉ 80 ਆਉ ਉਵੇਂ ਜਦੋਂ ਕੂਤਰ ਆਪਣੇ ਖੁੱਡੇ 'ਚ ਹੁੰਦਾ ਉਹਦਾ ਲੀਵਰ ਜਮਾਂ ਸਹੀ ਹੁੰਦਾ ਹੂੰ ਆਪਾਂ ਬਾਜ਼ੀਆਂ ਤੱਕ ਉਹਨੂੰ ਘੱਟੋ ਘੱਟ 80 ਪੈਸੇ ਰੱਖਣਾ ਹੁੰਦਾ ਤੇ ਜਦੋਂ ਤੁਸੀਂ ਬਾਜ਼ੀਆਂ ਨੂੰ ਲਿਆਂਨ ਤੋਂ ਬਾਅਦ ਉਹਨੂੰ 50 ਦਾ ਵੀ 25 ਪੈਸੇ ਰੱਖ ਲੈਣੇ ਆ ਫਿਰ ਜਦੋਂ ਕੂਤਰ ਘਰੇ ਗਰਮੀ 'ਚ ਜ਼ੋਰ ਲਾ ਕੇ ਉੜਦਾ ਫਿਰ ਹਰੀਆਂ ਮਿੱਠਾ ਮਾਰਦਾ ਫਿਰ ਮਾਰਦਾ ਸਮਝ ਗਿਆ ਕਾ ਨਹੀਂ ਇਹਨਾਂ ਨੇ ਕੱਚੇ ਪਦਾਰਥ ਖਾਣੇ ਬਾਈ ਹੂੰ ਸਰੋਂ ਵੀ ਕੱਚੀ ਹੂੰ ਮੂੰਗੀ ਵੀ ਕੱਚੀ ਸਰੋਂ ਕਿੱਥੇ ਜਾ ਕੇ ਹਜਮ ਹੁੰਦੀ ਆ ਛੋਲੇ ਕਿੱਥੇ ਜਾ ਕੇ ਹਜਮ ਹੁੰਦੇ ਆ ਤਰੀਕੇ ਨਾਲ ਖਰਾਕ ਪੈਂਦੀ ਆ ਵੀਰੇ ਯਾਰ ਫੇਰ ਜਾਨਵਰ ਦਾ ਲੀਵਰ 100 ਚ 80 ਪੈਸੇ ਰੋ ਉਹ ਗਰਮੀ ਚ ਆ ਕੇ ਉੱਡ ਕੇ ਸਹੀ ਦਾਣਾ ਪਾਣੀ ਹਾਜੂ ਕਰੂਗਾ ਤੇ ਜੇ ਉਹ ਲੀਵਰ ਤੁਹਾਡਾ 25 ਪੈਸੇ ਰਹਿ ਗਿਆ ਫਿਰ ਗਰਮੀ ਨੂੰ ਆਪਾਂ ਨਹੀਂ ਕਹਿ ਦਿੰਦੇ ਵੀ ਐ ਹੋ ਗਿਆ ਜੋ ਹੋ ਗਿਆ ਯਾਰ ਮੇਰੇ ਤਾਂ ਹਰੀਆਂ ਮਿੱਠਾ ਨਹੀਂ ਮਾਰਨੋਂ ਹਟਦੇ ਉਹ ਤੁਹਾਡਾ ਗਲਤ ਪਾਇਆ ਗਰਮੀ ਦਾ ਪਾਪ ਵੀ ਬੀਕਾਸੂਲ ਹੀ ਲਈ ਜਾਂਦੇ ਆ ਉਹ ਬੀਕਾਸੂਲ ਚੀਜ਼ ਥੋੜੋ ਕੋਈ ਕਰਦੇ ਉਹਦੇ ਨਾਲ ਨਿਕਲਦੀਆਂ ਹੁੰਦੀਆਂ ਹੁਣ ਤਾਂ ਫਿਰ ਭਾਈ ਜਿੰਨਾ ਚਿਰ ਦਹੀਂ ਲੱਸੀ ਨਹੀਂ ਛੱਡਦੇ ਉਹਨਾਂ ਚਿਰ ਕਿਵੇਂ ਲੋਟ ਆਉ ਕਹਾਣੀ ਬੀਕਾਸੂਲ ਨਾਲ ਕਿੱਥੇ ਲੋਟ ਹੁੰਦੇ ਆ ਕੇਰਾ ਆਪਾਂ ਨੂੰ ਐਂਜ ਲੱਗ ਜਾਂਦਾ ਵੀ ਠੀਕ ਆ ਹਾਂ ਠੀਕ ਹੈ ਤੇ ਬਾਈ ਜੀ ਖਰਾਕ ਜ਼ਿਆਦਾਤਰ ਕਿਹੜੀ ਪਾਉਣੀ ਚਾਹੀਦੀ ਸਿਆਲਾਂ ਦੇ ਵਿੱਚ ਮੈਨਾਂ ਇੱਕ ਉਦਾਹਰਨ ਦਿੰਨਾ ਹੁੰਦਾ ਬਈ ਹਰ ਇੱਕ ਗੱਲ ਜਿਹੜੇ ਮੇਰੇ ਉਦਾਹਰਨ ਹੋ ਉਹਦਾ ਕਾਰਨ ਕੀ ਆ ਵੀ ਅਗਲੇ ਬੰਦੇ ਨੇ ਜਿਹਨੇ ਸਮਾਂ ਕੱਢ ਕੇ ਆਪ ਨੂੰ ਵੇਖਣਾ ਉਹਦੇ ਦਿਮਾਗ 'ਚ ਪੈ ਜਾਏ ਇਹ ਕਿਉਂ ਆ ਜਿਵੇਂ ਸਿੱਧੀਆਂ ਗੱਲਾਂ ਕਰ ਦੂੰਗਾ ਅਗਲਾ ਵੇਖ ਕੇ 2 ਮਿੰਟ ਦੀ ਗਾਹ ਨਗਾ ਕੇ ਸਵਾਦ ਨਹੀਂ ਆਉਂਦਾ ਉਦਾਹਰਨ ਜ਼ਰੂਰੀ ਆ ਵੀ ਕੀ ਆ ਖਰਾਕ ਜਿਹੜੀ ਵੀ ਮੇਰਾ ਮੇਰੇ ਹਿਸਾਬ ਨਾਲ ਕੋ ਉਤਰਾਉਂਦੀ ਮੈਪ ਆਉਂਦਾ ਮੈਨੂੰ ਲੋਕਾਂ ਦਾ ਨਹੀਂ ਪਤਾ ਜਿਹੜੀ ਆਪਾਂ ਪਾਉਂਦੇ ਆ ਜਾਂ ਵੀਰਪਰਾ ਗਰੁੱਪ ਬੈਠਾ ਆਪਣਾ ਇਹ ਪਾਉਂਦਾ ਵਾ ਕਣਕ ਸਰੋਂ ਮੂੰਗੀ ਤੇ ਛੋਲੇ ਸਿਆਲਾਂ ਚ ਹਾਂਜੀ ਸਿਆਲਾਂ ਚ ਸਰੋਂ ਬੰਦ ਜਦੋਂ ਹੋ ਗਈ ਉਦੋਂ ਛੋਲੇ ਪੈ ਜਾਣੇ ਸਰੋਂ ਕਦੋਂ ਬੰਦ ਕਰਨੀ ਸਰੋਂ ਕਰਨੀ ਤੁੰਦਾ ਜਦੋਂ ਸ਼ੁਰੂ ਹੋਣਾ ਲਿਆ ਉਦੋਂ ਛੋਲੇ ਸ਼ੁਰੂ ਕਰਾ ਉਦੋਂ ਛੋਲੇ ਸ਼ੁਰੂ ਕਰਾ ਦਾਲ ਡਫਾਲਟ ਜਾਂ ਸਾਫ ਤੇ ਨਹੀਂ ਸਾਫ ਤੇ ਬਈ ਉਹ ਵੀ ਪਿਉ ਕੇ ਠੀਕ ਪਿਉ ਕੇ ਪਾਉਣੇ ਪਿਉ ਕੇ ਕੱਚੇ ਦੂਜੇ ਛੋਲੇ ਨੇ ਹੂੰ ਉਹਦਾ ਵੀ ਹੰਤ ਨੂੰ ਮੈਂ ਉਦਾਹਰਣ ਦਿੰਨਾ ਮੰਨ ਲਓ ਗੱਲ ਛੋਲੇ ਜਿਹੜੇ ਹੈਗੇ ਆ ਇਹ ਇੱਕ ਨਾ ਮਾਰੂ ਆ ਮੰਨ ਲਓ ਗੱਲ ਵੀ ਇਹ ਪਾਣੀ ਖਿੱਚਦੇ ਆ ਪਾਣੀ ਬੜਾ ਖਿੱਚਦੇ ਆ ਨਾ ਜਦੋਂ ਤੁਸੀਂ ਕਬੂਤਰਾਂ ਨੂੰ ਸੁੱਕੇ ਪਾਉਣ ਲੱਗ ਗਏ ਸਿਆਲ ਹੁੰਦੇ ਕਬੂਤਰ ਉਹਨਾਂ ਕੀ ਪਾਣੀ ਪੀਂਦਾ ਵੀ ਜਿੰਨਾ ਕੋ ਜੰਦਾ ਰਹਿ ਸਕੇ ਛੋਲੇ ਤੁਸੀਂ ਉਹਨੂੰ ਪਾਤੇ ਉਹ ਜਿਹੜਾ ਕਬੂਤਰ ਦਾ ਅੰਦਰਲਾ ਪਾਣੀ ਹੋਊਗਾ ਉਹ ਛੋਲੇ ਖਿੱਚਣ ਲੱਗ ਜਿੰਨਾ ਉਹਨਾਂ ਨੇ ਰਾਜੀ ਹੋਣਾ ਉਹਨੇ ਹੋ ਨਹੀਂ ਰਹੇ ਜਾਂਉਂਦੇ ਤਾਂ ਰਹਿਣਗੇ ਲਿੱッセ ਰਹਿਣ ਲੱਗ ਜਾਣਗੇ ਲਿੱッセ ਰਹਿਣ ਲੱਗ ਜਾਣਗੇ ਭਿਉਂਤੇ ਵੀ ਛੋਲੇ ਰਾਤ ਦੇ ਜਿੰਨਾ ਉਹਨਾਂ ਨੂੰ ਪਾਣੀ ਦੀ ਲੋੜ ਹੈਗੀ ਉਹਨਾਂ ਨੇ ਬਾਹਰੋਂ ਪਾਣੀ ਲੈ ਲੈਣਾ ਕਬੂਤਰ ਦੇ ਅੰਦਰ ਜਾ ਕੇ ਹਾਜਮ ਹੋ ਜਾਣਗੇ ਨਾਲ ਉਹ ਦੁੱਗਣਾ ਕੰਮ ਕਰਦੇ ਦੁੱਗਣਾ ਕੰਮ ਕਰਨਗੇ ਹੁਣ ਇੱਕ ਤੁਹਾਨੂੰ ਜਿਹੜੀ ਸਾਰਿਆਂ ਤੋਂ ਜ਼ਰੂਰੀ ਗੱਲ ਜਿਹੜੀ ਖਾਣਕ ਦੀ ਤੋਰ ਹੀ ਲਈ ਆ ਵੀ ਖਾਣਕ ਰਲਮੀ ਕਦੇ ਨਹੀਂ ਪਾਉਣੀ ਚਾਹੀਦੀ ਹੂੰ ਕਦੇ ਵੀ ਜ਼ਿੰਦਗੀ ਦੇ ਵਿੱਚ ਰਲਮੀ ਖਾਣਕ ਨਾ ਪਾਓ ਵੀ ਸਰੋਂ ਵੀਰ ਲਾਲੀ ਸੋਲੇ ਵੀਰ ਲਾਲੇ ਮੱਕੀ ਵੀਰ ਲਾਲੀ ਕਣਕ ਵੀ ਜੋ ਵੀ ਤੁਸੀਂ ਪਾਉਨੇ ਹੋ ਰਲਮਾ ਕਦੇ ਨਾ ਪਾਓ ਹੂੰ ਉਹਦਾ ਕਾਰਨ ਹੈ ਇੱਕ ਮੰਨ ਲਓ ਰਲਮੀ ਖਰਾਕ ਤੁਸੀਂ ਪਾਤੀ ਹੂੰ ਹੁਣ ਤੁਹਾਨੂੰ ਪੋਟਿਆਂ ਦੇ ਆਰ-ਪਾਰ ਤਾਂ ਨਹੀਂ ਦਿੰਦਾ ਨੇ ਕੀ ਖਾਦਾ ਵਿੱਚੋਂ 60 ਬੱਚੇ ਆਉ ਖੁੱਡੇ ਚ 10-15 ਦਾ ਕੱਲੀ ਸਰੋਂ ਵਾਲੇ ਹੋਣਗੇ ਉਹਨਾਂ ਨੇ ਸਰੋਂ ਹੀ ਚੁਗਣੀ 10-15 ਕੱਲੀ ਮੱਕੀ ਵਾਲੇ ਹੋਣਗੇ 10-15 ਕੱਲੀ ਕਣਕ ਵਾਲੇ ਹੋਣਗੇ ਫੇਰ ਬਈ ਉਹ ਰਲਮੀ ਖਰਾ ਕਿਵੇਂ ਪੈ ਗਈ ਸਹੀ ਗੱਲ ਹੈ ਫੇਰ ਆਪਾਂ ਕਹਿੰਦੇ 10-12 ਬਾਜਦੇ ਵਾਲੇ ਹੋਣਗੇ ਜਦੋਂ ਫਿਰ ਕਬੂਤਰ ਉੱਡਦੇ ਆਪਾਂ ਕਹਿੰਦੇ ਇਹਦਾ ਭੈਣ ਭਰਾ ਹੀ ਨਾ ਉੱਡ ਗਿਆ ਆਹ ਉੱਡਿਆ ਨਹੀਂ ਯਾਰ ਹ ਉਹ 6 ਮਹੀਨੇ ਕੱਲੀ ਜਿਹਨੂੰ ਹੁਣ ਆਪਾਂ ਵਿਆਹ ਸ਼ਾਦੀਆਂ ਜਾਵੜਦੇ ਜਿਹੜੀ ਚੀਜ਼ ਪਸੰਦ ਆ ਟਰੇ 'ਚ ਉਹੀ ਪਾਉਣੇ ਆ ਸਾਰੀਆਂ ਵਾਰੀਆਂ 50 ਦੀਆਂ 50 ਪਈਆਂ ਆਪਾਂ ਜਿਹੜੀ ਮਨ ਨੂੰ ਪਸੰਦ ਲੱਗਦੀ ਉਵੇਂ ਕਈ ਕਬੂਤਰਾਂ ਨੂੰ ਕੱਲੀ ਸਰੋਂ ਪਸੰਦ ਲੱਗੂ ਕਈਆਂ ਨੂੰ ਕੱਲੇ ਛੋਲੇ ਪਸੰਦ ਲੱਗਣਗੇ ਖਰਾਕ ਪਾਓ ਕੱਲੀ-ਕੱਲੀ ਪਹਿਲਾਂ ਆਪਾਂ ਉਹ ਸਰੋਂ ਕਣਕ ਫਿਰ ਕੌਲੀ ਮੂੰਗੀ ਦੀ ਉਹ ਫਿਰ ਤੁਸੀਂ ਯਕੀਨ ਮੰਨਿਓ ਵੀ ਕੱਲਾ-ਕੱਲਾ ਦਾਣਾ 60ਾਂ ਦੇ ਬਰਾਬਰ ਦਾ ਹੋਊ ਤੇ ਇੱਕੋ ਜੀ ਖਰਾਕ ਗਈ ਹੋ ਅੰਦਰ ਸਾਰੇ ਚੁਗਣਗੇ ਹਾਂਜੀ ਜਦੋਂ ਰਲਮੀ ਪਾ ਦਿੰਨੇ ਆ ਬੇੜਾ ਕਰ ਕੀ ਆ ਹੂੰ ਇਹ ਤਾਂ ਗੱਲ ਹੈਗੀ ਆ ਬਾਈ 6 ਦੇ 6 ਮਹੀਨੇ ਕੱਲੇ ਕਣਕ ਵਾਲੇ ਵੀ ਵਿੱਚ ਹੋਣਗੇ ਕੱਲੀ ਮੂੰਗੀ ਵਾਲੇ ਵੀ ਹੋਣਗੇ ਕੱਲੀ ਸਰੋਂ ਵਾਲੇ ਵੀ ਹੋਣਗੇ 10 ਦਾ 15 15 ਜਨਵਾਰ ਉਹ ਖਰਾਕ ਮੇਰੇ ਹਿਸਾਬ ਨਾਲ ਬੇਅਰਥ ਹੀ ਜਾਂਦੀ ਹੈ ਬਾਕੀ ਬਈ ਇੱਕ ਆਪਾਂ ਹੋਰ ਦੇਖਿਆਗਾ ਹਾਂਜੀ ਹੁਣ ਥੋੜੀ ਜਣੀ ਆਹ ਚੀਜ਼ ਦੱਸੀ ਹੈ ਵੀ ਬਹੁਤ ਵਧੀਆ ਗੱਲ ਆ ਵੀ ਕੱਲੀ-ਕੱਲੀ ਪਾਓ ਕਈ ਬੰਦੇ ਕੋਲ ਟਾਈਮ ਨਹੀਂ ਹੁੰਦਾ ਚਲੋ ਇਕੱਠੀ ਪਾ ਦਿਆ ਵੈਸੇ ਕਬੂਤਰ ਆਪਣੇ ਤੁਸੀਂ ਦਾਣੇ ਪਾ ਕੇ ਦੇਖਿਓਣਗੇ ਕਬੂਤਰ ਦੱਸ ਦਿੰਦੇ ਆ ਵੀ ਸਾਨੂੰ ਅੱਜ ਕਿਹੜੀ ਖਰਾਕ ਦੀ ਲੋੜ ਹੈ ਉਹ ਵੱਧ ਦਾਣਾ ਚੱਕ ਜਾਂਦੇ ਆ ਹਾਂਜੀ 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 ਕੁਦਰਤੀ ਗੱਲ ਆ ਜਿਵੇਂ ਆਪਣੇ ਮੰਨ ਕੇ ਚੱਲੋ ਵੀ ਸਾਰੀਆਂ ਖਰਾਕਾਂ ਰਲਾਈਆਂ ਵੀ 5 70 ਲੱਖ ਆਪਾਂ ਖੁੱਡੇ 'ਚ ਪਹਿਲੀ ਕੌਲੀ ਛੱਡਤੀ ਜਿਹੜੇ ਇੱਕ ਦਾਣੇ ਨੂੰ ਪਹਿਲਾਂ ਕਬੂਤਰ ਭੱਜ ਕੇ ਪਹੂ ਸਮਝ ਲਓ ਵੀ ਆਹ ਕਬੂਤਰਾਂ ਨੂੰ ਦਾਣਾ ਜਿਹੜਾ ਹੁਣ ਖਰਾਕ ਵੱਧ ਚਾਹੀਦੀ ਐ ਉਹ ਪਾ ਦੋ ਬੱਸ ਹਾਂਜੀ ਪਾ ਦੋ ਬੰਦਾ ਮੈਂ ਉਹ ਦੇਖੀ ਐ ਚੀਜ਼ ਪਾ ਕੇ ਦਾਣੇ ਮੈਂ ਜਿੰਨੇ ਵੀ ਇੰਟਰਵਿਊ ਕਰਨੇ ਜਾਂਦਾ ਉਹਨਾਂ ਦੇ ਕਿਉਂਕਿ ਦਾਣੇ ਕਈ ਵਾਰੀ ਪਾਏ ਪਾਏ ਹੁੰਦੇ ਆ ਮੈਂ ਦੇਖਦਾ ਹਾਂ ਨਾ ਵੀ ਆਹ ਦਾਣੇ ਯਾਰ ਕਬੂਤਰਾਂ ਨੇ ਵੱਧ ਛੱਡੇ ਪਏ ਦੂਜੇ ਤਾਂ ਇੱਕ ਦੂਜੇ ਖਾਦੇ ਵੇ ਇੱਕ ਹੋਰ ਮੈਂ ਗੱਲ ਦੱਸਦਾ ਤੁਹਾਨੂੰ ਜਿਹੜੀਆਂ ਇਹਨਾਂ ਜਿਹੜੀ ਇਹਨਾਂ ਨੂੰ ਵੀਰੇ ਲੋੜ ਆ ਉਹ ਹੈਗੀ ਕਣਕ ਦੀ ਤਾਂ ਬਹੁਤ ਜ਼ਿਆਦਾ ਜ਼ਰੂਰਤ ਹੂੰ ਜਿਨੇ ਚਾਰ ਬੀਜ ਤਾਂ ਇਹਨਾਂ ਨੂੰ ਜਾਣ ਚ ਰੱਖਣਾ ਹੂੰ ਠੀਕ ਹੈ ਨਾ ਸਰੋਂ ਹੂੰ ਮੂੰਗੀ ਤੇ ਛੋਲੇ ਹੂੰ ਸਰੋਂ ਬੰਦ ਹੋ ਜਾਂਣੀ ਧੁੰਨਾਂ ਦੇ ਨੇੜੇ ਜਾ ਕਿਉਂਕਿ ਉਤਰ ਪਾਣੀ ਛੱਡ ਜਾਂਦੇ ਆ ਸਰੋਂ ਹਾਈ ਵੀ ਨਹੀਂ ਹੁੰਦੀ ਉਹਦੇ ਨਾਲ ਕੂਤਰ ਸੁੱਕਣ ਲੱਗ ਜਾਣਗੇ ਹੂੰ ਠੀਕ ਹੈ ਜੀ ਉਦੋਂ ਫਿਰ ਆਪਾਂ ਛੋਲੇ ਪਿਹਾਉ ਕੇ ਦੇਣੇ ਆ ਪਾਣੀ ਵੀ ਪੂਰਾ ਕਰੂ ਤੇ ਖਾੜਕ ਵੀ ਜਿਹੜਾ ਬੇਫਾਲਤੂ ਵੈਸੇ ਹੀ ਪਾਉਣਾ ਮੈਂ ਵੇਖਿਆ ਵੀ ਲੋਕ ਤਾਂ 20 20 ਚੀਜ਼ਾਂ ਲਾਈ ਬੈਠੇ ਆ ਹੂੰ ਸਹੀ ਗੱਲ ਆ ਵੀ ਆਪਾਂ ਚੱਲਦਾ ਨਾ ਹੁਣ ਉਦਾਹਰਨ ਦਿੰਦੇ ਆ ਇੱਕ ਮੱਝ ਯੂਟਿਊਬ ਨੇ ਬੜਾ ਕਰਿਆ ਹਾਂਜੀ ਹਾਂਜੀ ਇੱਕ ਮੱਝ ਆ ਮੱਝ ਨੂੰ ਆਪਾਂ ਕੀ ਪਾਉਂਦੇ ਆ ਤੁਹਾਡੇ ਵੀ ਰੱਖਿਆ ਹੋਣੀਆਂ ਪੱਠੇ ਤੂੜੀ ਤੇ ਦਾਣਾ ਦਾਣਾ ਕਦੇ ਐ ਸੋਚਿਆ ਵੀ ਇਹਨੂੰ 10 ਕਿਲੋ ਮੀਟਰ ਲਿਆ ਕੇ 5 ਕਿਲੋ ਆਂਡੇ ਦੋ ਟਰੇ ਆਂਡਿਆਂ ਦੇ ਬਾਅਦ ਹੱਥ ਨੂੰ ਦੁੱਧ ਹੀ ਵੱਧ ਦੇ ਦੂ ਉਹ ਤਾਂ ਜੀਣਾ ਉਹਨੇ ਦੇਣਾ ਉਨਾ ਹੀ ਦੇਣਾ ਉਹ ਤਾਂ ਬੇਫਾਲਤੂ ਆ ਹੂੰ ਪੱਠੇ ਲੈ ਕੇ ਹੁੰਦੇ ਨਾ ਖੇਤੋਂ ਜਾ ਕੇ ਹਰ ਰੋਜ਼ ਭਾਈ ਕਬੂਤਰਾਂ ਨੂੰ ਵੀ ਕਲੇਜੀਆਂ ਗੋਲੀਆਂ ਦੇ ਮੈਂ ਕਹਿੰਦਾ ਵੀ ਉਹੀ ਤਾਂ ਉਹ ਰਹਿ ਗਿਆ ਯਾਰ ਤੁਹਾਨੂੰ ਕੀ ਗੱਲਾਂ ਖੇਸਵਾ ਜੋ ਮਰਜ਼ੀ ਪਾਈ ਜਾਓ ਪਰ ਜੋ ਕੰਮ ਕਰਨਾ ਉਹ ਕਣਕ ਨੇ ਸਰੋਂ ਨੇ ਹੂੰ ਮੂੰਗੀ ਨੇ ਤੇ ਛੋਲਿਆਂ। ਇਹੀ ਚਾਰ ਖਰਾਕਾਂ ਹੋਰ ਅਸੀਂ ਆਪਾਂ ਰਾਬ ਨੂੰ ਜਾਂ ਇੰਨੇ ਬੰਦੇ ਬੈਠੇ ਆ ਜਿਵੇਂ ਹੁਣ ਝੂਠ ਬੋਲਦਾ ਹੂੰ ਇਹਨਾਂ ਦੇ ਦਿਲਾਂ 'ਚ ਹੋਣਾ ਬਈ ਸਾਨੂੰ ਕੀ ਦੱਸਦਾ ਇੱਥੇ ਝੂਠ ਬੋਲੀ ਜਾਂਦਾ ਇਹੋ ਜਿਹਾ ਕੰਮ ਮੈਂ ਕਰਨਾ ਹੀ ਨਹੀਂ। ਹੂੰ। ਠੀਕ ਹੈ ਨਾ ਬੇਫਾਲਤੂ ਜੋ ਮਰਜ਼ੀ ਪਾਈ ਜਾਓ ਪਰ ਜੋ ਕੰਮ ਦੀਆਂ ਚੀਜ਼ਾਂ ਉਹਦੇ ਨਾਲ ਉਹਦਾ ਲੀਵਰ ਸਹੀ ਜਿਹਾ ਸੈੱਟ ਰਹੂਗਾ। ਖੇਸਵਾ ਹੋਰ ਸੁੱਕੇ ਪਦਾਰਥ ਪਾਉਂਗੇ ਤਾਂ ਉਹਦਾ ਲੀਵਰ ਹੋਰ ਜ਼ੋਰ ਲਾਊ ਹਰ ਜਨ ਤਾਂ ਕਰਨੀਆਂ। ਫਿਰ ਜਦੋਂ ਆਪਾਂ ਜੋੜੇ ਲਾ ਦਿੰਨੇ ਸੋਹਣੇ ਵੀਰ ਉਦੋਂ ਮਾਂ ਪਿਓ ਨੂੰ ਉਹਨਾਂ ਦੇ ਨੂੰ ਛੋਲੇ ਜਾਂ ਹੋਰ ਚੀਜ਼ ਨਹੀਂ ਪਾਉਣੀ ਚਾਹੀਦੀ। ਉਦੋਂ ਸਿਰਫ ਪਾਉ ਕਣਕ ਤੇ ਸਰੋਂ ਗੋਲ ਦਾਣਾ ਕਿਉਂਕਿ ਇਹਨਾਂ ਨੇ ਥਾਣਾ ਨਹੀਂ ਦੇਣਾ ਹੂੰ ਇਹਨਾਂ ਨੇ ਖਾ ਕੇ ਉਹਨਾਂ ਦੇ ਮੂੰਹ ਚ ਗਲਚਣਾ ਜਿਹੜਾ ਗੋਲ ਦਾਣਾ ਉਹ ਸੌਖਾ ਲੈਂਦੇ ਆ ਸੌਖਾ ਦੇ ਦਿੰਦੇ ਨੇ ਮਾਂ ਪਿਓ ਦਾ ਵਜਨ ਤੇ ਆਂਡੇ ਸਹੀ ਤਦਾਰ ਚ ਲਾਈ ਜਾਂਦੇ ਆ ਜਦੋਂ ਉਹਨਾਂ ਨੇ ਛੋਲੇ ਜਾਂ ਖੇਸਵਾ ਤੁਸੀਂ ਹੋਰ ਪਾਉਣ ਲੱਗ ਗਏ ਮੱਕੀ ਪਾਉਣ ਲੱਗ ਗਏ ਉਹ ਅੰਦਰ ਆਟਾ ਬਣ ਜਾਂਦੇ ਰਿਹਾ ਪਾਣੀ ਲੱਗ ਗਿਆ ਠੀਕ ਆ ਤੇ ਜਦੋਂ ਗਲਚੂ ਆ ਪਾਣੀ ਕਹਿੰਦੇ ਮੂੰਹ ਪੱਕ ਗਿਆ ਚਿੱਟੀ ਚਰਬੀ ਹੋ ਗਈ ਉਹ ਜਦੋਂ ਫਿਰ ਜ਼ੋਰ ਲਾਉਂਦੇ ਆ ਛੋਲੇ ਖਾ ਖਾ ਕੇ ਹੁੰਦੇ ਜਦੋਂ ਉਦੋਂ ਸੰਗ ਪੱਟੀਆਂ ਦੇ ਕਬੂਤਰ ਬੱਚਿਆਂ ਨੂੰ ਦਾਣਾ ਦੇਣ ਤੋਂ ਦੇਣਾ ਚਾਹੀਦਾ ਤਾਂ ਹੀ ਮਾਰੇ ਰਹ ਜਾਂਦੇ ਵਿੱਚ ਤਾਂ ਹੀ ਮਾਰੇ ਰਹਿੰਦੇ ਭਾਈ ਵੀ ਜਣੀ ਕਿ ਗੋਲ ਦਾਣਾ ਤੋਂ ਛੋਟਾ ਦੋ ਹਾਂਜੀ ਜਿਹੜਾ ਬੱਚਾ ਅਪਾਲ ਸਕੇ ਮਲੈਮ ਹੁੰਦੀ ਆ ਹਾਂ ਮੂੰਗੀ ਮੂੰਗੀ ਹੋਗੀ ਸਰੋਂ ਹੋਗੀ ਸਰੋਂ ਵਾ ਇਹ 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 ਦੋਵੇਂ ਡਾਈ ਪਾਸ ਨਾ ਨਾ ਗੁੱਲੀ ਨਾਲ ਆਪਾਂ ਨਹੀਂ ਪਾਉਂਦੇ ਬਟਕਟਾ ਪਾਉਂਦੇ ਉਹ ਵੀ ਜਣੀ ਕਿ ਜੀ ਵਧੀਆ ਹੋਵੇ ਉਹ ਵੀ ਤਲਕਣਾ ਹੁੰਦਾ ਤੇਲ ਵੱਧ ਹੁੰਦਾ ਹਾਂਜੀ ਹਾਂਜੀ ਭਾਈ ਕਬੂਤਰ ਨੂੰ ਡ్రਾਈ ਚੀਜ਼ ਦੀ ਲੋੜ ਆ ਜਾਂ ਆਇਲ ਵਾਲੀ ਚੀਜ਼ ਦੀ ਲੋੜ ਆ ਜ਼ਿਆਦੇ ਉਹ ਆਇਲ ਵਾਲੀ ਮੇਰੇ ਸਾਬ ਨਾਲ ਸਰੋਂ ਜਿਵੇਂ ਹੋਗੀ ਹੂੰ ਠੰਡਾ ਆਪਣਾ ਇਹ ਗਰਮੀ ਨੂੰ ਉੱਡਣ ਵਾਲਾ ਜਾਨਵਰ ਵੇਖੋ ਵੀ ਉੜਦਾ ਕਿਹੜੇ ਮਹੀਨੇ ਹੂੰ ਕਿਹੜੇ ਮਹੀਨੇ ਉੜਦਾ ਇਹ ਮਈ ਚ ਫੁੱਲ ਗਰਮੀ ਚ ਉੜਦਾ ਜਿਹੜੇ ਵੰਦੇ ਤੋਂ ਖੜਿਆ ਨਹੀਂ ਜਾਂਦਾ ਆਪਣਾ ਕਵਾਂਟਲਾਂ ਦਾ ਸੀਜ ਲੈ ਕੇ ਨਹੀਂ ਖੜ ਸਕਦੇ ਤਾਂ ਫਿਰ ਹੂੰ ਕੁਝ ਹੁੰਨੀ ਇਹਦੇ ਅੰਦਰ ਹੂੰ ਇਹਨਾਂ ਨੂੰ ਚਾਹੀਦੀਆਂ ਠੰਡੀਆਂ ਚੀਜ਼ਾਂ ਜਿਆਦਾ ਹੂੰ ਜਿਹੜਾ ਇਹਨਾਂ ਨੂੰ ਉੱਡਣ ਚ ਨਾਲ ਸਾਥ ਦੇਣ ਜਦੋਂ ਆਪਾਂ ਤੁਸੀਂ ਇੱਕ ਚੀਜ਼ ਹੋਰ ਨੋਟ ਕੀਤੀ ਆ ਬਈ ਪ੍ਰਾਣੇ ਬੁੜੇ ਹੁੰਦੇ ਸੀ ਆਪਾਂ ਨੂੰ ਮੈਂ ਪਹਿਲਾਂ ਵੀ ਗੱਲ ਕੀਤੀ ਹੋਊਗੀ ਬਈ ਬੱਚੇ ਗੋੜ ਗੋੜ ਬਾਲਾ ਖਾ ਲੈਂਦੇ ਉਹਨੂੰ ਪਤਾ ਉਹੋ ਲੱਗ ਜੂ ਗਰਮੀ ਆਈ ਨਿਕਲੇ ਫੋੜੇ ਹਾਂ ਨਿਕਲਦੇ ਨਾ ਫੋੜੇ ਉਹ ਜਦੋਂ ਆਪਾਂ ਸਿਆਲਾਂ ਚ ਗਲਤ ਖਰਾਕ ਦਿੰਨੇ ਫਿਰ ਉਹ 2 2.5 ਬਰਾਮਾਂ ਵਾਲਾ ਛੱਪੜ ਚ ਜਾਂਦਾ ਤੇ ਬੰਦੇ ਨੇ ਪਤਾ ਕੀ ਕਹਿੰਦੇ ਆ ਅੱਜ ਅੱਧਾ ਬਦਾਨ ਜ਼ਿਆਦੇ ਦੇਤਾ ਖਣੀ ਤਾਂ ਜਾਵੜਿਆ ਛੱਪੜ ਚ ਸਮਝ ਗਏ ਉਹ ਫਿਰ ਜਿਹੜੀਆਂ ਅੰਦਰ ਪਾਣੀ ਖਿੱਚਦੀਆਂ ਚੀਜ਼ਾਂ ਪਾਉਂਗੇ ਤੇ ਉਹਨਾਂ ਨੇ ਉਹੋ ਜਿਹਾ ਹੀ ਕਰ ਦੇਣਾ ਗਰਮੀ ਕੂਤ ਦੇ ਆਟੋਮੈਟਿਕ ਗਰਮੀ ਚੜ੍ਹਣੀ ਆ ਆਟੋਮੈਟਿਕ ਬੈਠਦੇ ਪੈ ਜਾਣੀ ਸਹੀ ਗੱਲ ਆ ਠੀਕ ਆ ਜੀ ਇੱਕ ਹੋਰ ਜਿਵੇਂ ਮੈਂ ਅਮੀ ਸੁਣਿਆ ਬਾਈ ਮੱਛਰ ਮੁੱਛਰ ਵਾਲਾ ਹੋ ਜਾਂਦਾ ਲੋਕਾਂ ਦਾ ਕਹਿਣਾ ਇਹ ਆ ਵੀ ਮੇਰਾ ਸੋਚਣਾ ਵੀ ਜਿਹੜੀ ਇਹਨਾਂ ਦੇ ਮਾਤਾ ਹੁੰਦੀ ਉਹ ਮੱਛਰ ਨਾ ਨਹੀਂ ਹੁੰਦੀ ਬਾਈ ਜਮਾਂ ਸਹੀ ਗੱਲ ਆ ਹਾਂਜੀ ਕਿਉਂਕਿ ਵੇਖੋ ਵੀ ਪਹਿਲਾਂ ਜਦੋਂ ਫੋੜੇ ਹੁੰਦੇ ਜਵਾਕਾਂ ਦੇ ਹੁੰਦੇ ਵੱਡਿਆਂ ਦੇ ਮਾਂ ਪਿਓ ਦੇ ਤਾਂ ਨਹੀਂ ਕਦੇ ਹੋਈ ਸੀ ਹੁੰਦੀ ਇਹਨਾਂ ਨਾਲ ਬੱਚਿਆਂ ਦੇ ਅੰਦਰ ਇੱਕ ਖੂਨ ਖਣ ਸਾਫ ਹੁੰਦਾ ਇੱਕ ਇਹਨਾਂ ਦੇ ਗਰਮੀ ਪੈ ਜਾਂਦੀ ਹੈ ਲੀਵਰ ਦੀ ਗਰਮੀ ਕਹ ਲੀਏ ਮਿਹਦੇ ਦੀ ਗਰਮੀ ਕਹ ਲੀਏ ਉਹ ਫਿਰ ਫਟ ਕੇ ਨਿਕਲਦੀ ਆ ਸਿਰਫ ਬੱਚਿਆਂ ਦੇ ਹੋ ਵੱਡੇ ਕੂਤਰਾਂ ਦੇ ਨਹੀਂ ਹੁੰਦੀ ਮੱਛਰ ਨਾ ਹੋਈ ਤਾਂ ਫਿਰ 100 ਦਾ 100 ਹੀ ਕੂਤਰ ਭਰ ਜੇ ਆਪਾਂ ਬਿਲਕੁਲ ਬਾਈ ਸਹੀ ਗੱਲ ਠੀਕ ਹੈ ਜੀ ਇਹ ਸਿਰਫ ਗਰਮੀ ਮਿਹਦੇ ਨਾਲ ਨਹੀਂ ਹੁੰਦੀ ਜਿਹਾ ਸਹੀ ਗੱਲ ਹੈ ਜੇ ਬਾਲੀ ਡੂੰਗੀ ਗੱਲ ਕਰਨੀ ਹੈ ਜਿਵੇਂ ਸ਼ੂਗਰ ਖੂਨ ਚ ਹੁੰਦੀ ਹੈ ਜਾਂ 112 ਹੁੰਦੀ ਹੈ ਕਈ ਵਾਰੀ ਕੁਝ ਬੱਚਿਆਂ ਦੇ ਮਾਤਾ ਬਾਲੀ ਜਿਆਦਾ ਨਿਕਲੀ ਹੁੰਦੀ ਆ ਉਹ ਜਦੋਂ ਜੋੜਾ ਆਪ ਚ ਗਾਂ ਜਾ ਕੇ ਉਹਦੇ ਨੇ ਬਲੱਡ ਚ ਰਹਿ ਜਾਂਦਾ ਵਾਇਰਸ ਜੋ ਗਾਂ ਜਾ ਕੇ ਜੋੜਾ ਲੱਗੂਗਾ ਫੈਂਸੀਆਂ ਵਾਲਾ ਉਹਦੇ ਜੋ ਬੱਚੇ ਨਿਕਲਣਗੇ ਉਹ ਰੱਤ ਚ ਉਹਨਾਂ ਦੇ ਵੀ ਫੈਂਸੀਆਂ ਹੋਣੀਆਂ ਹੀ ਹੋਣੀਆਂ ਜਿਵੇਂ ਸਹੀ ਗੱਲ ਹੈ ਇਹ ਮੁੜੀ ਹੋਈ ਬੱਚ ਬਾਈ ਬਾਲੀਆਂ ਬਿਮਾਰੀਆਂ ਨੇ ਇਹ ਬਲੱਡਰ ਦੇ ਵਿੱਚ ਮੈਨੂੰ ਨਾ ਕਈ ਬੰਦੇ ਕਹਿਣ ਲੱਗ ਜਾਂਦੇ ਆ ਮੈਂ ਹਮੇਸ਼ਾ ਆਪਦੀ ਗੱਲ ਤਾਂ ਦਾਦਾ ਜੀ ਨਾਲ ਵੀ ਯਾਰ ਬੰਦਿਆਂ ਨੂੰ ਕੁਝ ਨਾ ਕੁਝ ਸਿੱਖਣ ਨੂੰ ਮਿਲਦਾ ਮੈਨੂੰ ਮਿਲਦਾ ਗਾਹਾਂ ਹੁਣ ਨੂੰ ਵੀ ਮੇਰੇ ਅੱਜ ਤੱਕ ਕਿਤੇ ਬਈ ਆਪਣੇ ਕੂਤਰਾਂ ਦੇ ਫੋੜਾ ਫੈਂਸੀ ਨਹੀਂ ਹੋਇਆ ਜਾ ਕੇ ਜਿਵੇਂ ਆ ਕਹਣਾ ਚੱਲ ਹੁਣ ਤਾਂ ਕੂਤਰ ਹੈ ਹੀ ਨਹੀਂ ਜੋ ਜਾ ਕੇ ਕੋਈ ਦੇਖ ਲੈ ਮੇਰੇ ਚਾਰੇ ਪਾਸੇ ਜਾਲੀਆਂ ਪਹਿਲਾਂ ਪਾਵੇ ਲੱਗੇ ਹੁੰਦੇ ਪਾਵੇ ਲੋ ਇੰਨੀ ਬਿਰਲ ਹੋਣੀ ਉਹਨਾਂ ਨੂੰ ਹਾਂਜੀ ਹਾਂਜੀ ਤੇ ਕਦੇ ਫੋੜਾ ਫੈਂਸੀ ਨਹੀਂ ਮੈਨੂੰ ਲੋਕ ਕਹਾਂ ਕਰ ਮੱਛਰ ਤਾਂ ਉਹ ਮਹਾ ਨਹੀਂ ਹੁੰਦੀਆਂ ਭਰਾਵੋ ਜਿਹੜਾ ਵੀ ਆਇਆ ਕਰੇ ਉਹ ਤੇਰੇ ਮੱਛਰ ਨਾ ਪੈ ਜਾਣ ਮੈਂ ਦਿਖਾ ਦਿਉ ਦੂਜੀ ਗੱਲ ਘੁੰਮਣੀ ਕਿਤੇ ਆਪਣੇ ਅੱਜ ਤੱਕ ਪਈ ਨਹੀਂ ਬਈ ਕਦੇ ਵੀ ਮੇਰੇ ਪਹਿਲਾਂ ਜਿਹੜੇ ਕਬੂਤਰਾਂ 'ਚ ਕੋਈ ਕਾਰਵਾਈ ਕਰ ਗਿਆ ਸੀ ਉਹ ਮੈਂ ਕਬੂਤਰੀ 'ਚ ਘਾਤੇ ਸੀ ਜਿਨ੍ਹਾਂ ਨੂੰ ਬਸ ਬਸ ਜੋ ਲੋਡ ਕਰ ਲਈ ਲੋਡ ਕਰਕੇ ਮੈਂ ਫੜਾਤੇ ਮੁੜ ਕੇ ਮੈਂ ਨਵਾਂ ਕਬੂਤਰੀ ਨਹੀਂ ਖੁੱਡੇ 'ਚ ਬਾੜਿਆ ਜਦੋਂ ਆਪਾਂ ਬਾਈ ਬਾੜੇ ਨਹੀਂ ਬਲੱਡ 'ਚ ਹੀ ਨਹੀਂ ਉਹਨਾਂ ਦੇ ਬਲੱਡ 'ਚ ਆਪਣੇ ਕੀ ਆਪਣੇ ਲੋਕ ਉਹ ਹੀ ਟੀਕੇ ਆ ਵੀ ਐਲੀਗੈਂਟ ਵੀ ਕਦੇ ਬਾਈ ਤੁਸੀਂ ਟੀਕਾ ਲਾਇਆ ਗੁੰਮਣੀ ਦਾ ਨਾ ਨਾ ਵੀਰੇ ਆਪਣੇ ਲਾਇਆ ਕਦੇ ਵੀ ਨਹੀਂ ਕਦੇ ਪਈ ਆ ਪਈ ਹਾਂ ਬਿਮਾਰੀ ਪਈ ਆ ਉਹਦੋਂ ਪਾ ਕੇ ਹੱਡੀ ਹੁਣ ਵੀ ਕਾਰ ਤੁਹਾਡੇ ਕੀ ਕਾਰਨ ਬਣਿਆ ਬਾਈ ਮੇਰਾ ਕੀ ਕਾਰਨ ਮੇਰੇ ਵੀ ਕਾਰਨ ਆਏ ਬਣਿਆ ਸੀ ਪਿਛੇ ਤੂੰ ਸੀ ਕਿ ਆਪਾਂ ਇੱਥੇ ਆ ਤਿੰਨ ਕਬੂਤਰ ਛੱਡ ਗਿਆ ਕੋਈ ਓਹੋ ਕੋਠੇ ਦੇ ਸਾਡੇ ਤੇ ਬੰਦਾ ਇਧਰ ਨੂੰ ਭੱਜਿਆ ਹੂੰ ਇਹ ਵੀ ਮਗਰ ਭੱਜਿਆ ਮੈਂ ਵੀ ਇੱਕ ਬੰਦਾ ਹੋਰ ਸੀ ਮੈਨੂੰ ਯਾਦ ਨਹੀਂ ਆਉਂਦਾ ਕਿਹੜਾ ਸੀ ਤੇ ਕਬੂਤਰਾਂ ਇੱਥੇ ਵਿਰਲ ਜੀ ਆਪਣੇ ਹੂੰ ਉਹ ਤਾਂ ਦੋ ਚੱਕ ਲਿਆ ਕੋ ਉੱਥੇ ਹੀ ਕਿਤੇ ਰਹਿ ਗਿਆ ਸਾਨੂੰ ਦੂਜੇ ਦਿਨ ਪਤਾ ਲੱਗਿਆ ਯਾਰ ਉੱਥੇ ਸਮਾਨ ਵਾਲਾ ਪਿਆ ਸੀ ਟੋਕਰੀਆਂ ਢੱਕ ਰੀਆਂ ਫਲਾਨਾ ਉਹਦੇ ਚ ਉਸ ਤੋਂ ਬਾਅਦ ਮੇਰੇ ਬਿਮਾਰੀ ਉੱਠ ਖੜੀ ਗਈ ਤੇ ਉਹ ਬਾਰੀ ਦੇ ਜਮਾਂ ਨਾਲ ਸੀ ਕੂਤਰਾਂ ਲਈ ਐਂ ਦੀਂਦਾ ਸੀ ਜਾਨੀ ਹੂੰ ਤੇ ਬਿਮਾਰੀ ਸ਼ਗਰਦਾਂ ਦੇ ਵੀ ਗਾ ਮੇਰੇ ਹੁਣ ਪੈਂਦੀ ਐ ਇਹਦਾ ਲਾਜ 101% ਆ ਹੂੰ ਕੋਈ ਕੁੰਮਣੀ ਦਾ ਹਾਂ ਗੱਲਾਂ ਨਹੀਂ ਗਿਆਂ ਵੀ ਮੈਂ ਤੈਨੂੰ ਐਵੇਂ ਕਰ ਦੂੰਗਾ ਜੇ ਨਾ ਹਟਨ ਤਾਂ ਮੇਰੇ ਚੱਕ ਕੇ ਲੈ ਜਾਓ ਸਰ ਹੂੰ ਕੌਸ਼ਟਿਕਮ 30 ਹੁੰਦੀ ਆ ਹੂੰ 120 ਰੁਪਏ ਦੀ ਆ ਹੋਮੋਪੈਥਿਕ ਹੋਮੋਪੈਥਿਕ ਹੂੰ ਠੀਕ ਆ ਉਹ ਦੋ ਦੋ ਬੂੰਦਾ ਕੰਨਾਂ 'ਚ ਪਾਉਣੀਆਂ ਹੂੰ ਤਿੰਨ ਟਾਈਮ ਸਵੇਰੇ ਦੁਪਹਿਰੇ ਸ਼ਾਮ ਤੇ ਦੋ ਦੋ ਬੂੰਦਾ ਉਹਨੂੰ 5 ਐਮਐਲ ਪਾਣੀ 'ਚ ਛੇ ਚ ਦਵਾਈ ਕਦੇ ਵੀ ਕੋਈ ਵੀ ਦੇਣੀ ਪਾਣੀ 'ਚ ਹੀ ਦੇਣੀ ਚਾਹੀਦੀ ਹੂੰ ਸਿੱਧੀ ਟਗਾਣੇ ਤੇ ਲੱਗਦੀ ਆ ਨਹੀਂ ਸੰਗ ਸੁਗਨ ਲਾ ਕੇ ਕੁੱਤਰ ਗੱਛ ਲੱਗਿਆ ਔਰ ਸਿੱਧੀਆਂ ਬੂੰਦਾ ਨਹੀਂ ਪਾਉਣੀਆਂ ਕੋਸ਼ਟਿਕਮ ਠਾਟੀ ਦੀਆਂ ਨਹੀਂ ਗਲਚ ਮੂਰੀਆਂ ਕਰ ਦੋ ਇਹ ਕੁੱਤਰਾਂ ਦੇ ਤੇ ਜਦੋਂ ਤਿੰਨ ਟਾਈਮ ਦੇਣੀ ਆ 10 ਕਮਲ ਪਾਣੀ ਦੇ ਵਿੱਚ ਪਾ ਕੇ ਜਨਨਕੀ ਦੋ ਦੋ ਬੂੰਦਾਂ ਦਾ ਕੰਨਾਂ 'ਚ ਪਾ ਦਿਆਂ ਉਹਦੇ ਸਿੱਧੀਆਂ ਤੇ ਦੋ ਦੋ ਬੂੰਦਾਂ ਇੱਕ ਕਮੂਤਰ ਨੂੰ ਇੱਕ ਇੱਕ ਕੰਨ 'ਚ ਦੋ ਇਧਰ ਦੋ ਜੀ ਨਹੀਂ ਦੋ ਦੋ ਤਿੰਨ ਟਾਈਮ ਦਵਾਈ ਦੋ ਦੋ ਬੂੰਦਾਂ ਹਾਂਜੀ ਦੋ ਦੋ ਬੂੰਦਾਂ ਤੇ ਦੋ ਦੋ ਬੂੰਦਾਂ ਦੇਣੀਆਂ ਉਹਨੂੰ ਪੀਣ ਨੂੰ 4 ਐਮਐਲ 5 ਐਮਐਲ 6 ਐਮਐਲ ਇਹ ਦੂਜਾ ਦੇ ਪਾਣੀ 'ਚ ਹਾਂਜੀ ਠੀਕ ਹੈ ਜੀ ਤਿੰਨੇ ਟਾਈਮ ਹੀ ਉਹਦੇ ਤਿੰਨੇ ਟਾਈਮ ਹੀ ਜਿਹੜੇ ਘੋਗੇ ਹਾਂਜੀ ਤੇਜ ਨਹੀਂ ਹੁੰਦੀ ਜਿਹੜੇ ਘੋਗੇ ਘੋਗੇ ਹੋਰ ਕਬੂਤਰ ਆ ਗੂਗਾ ਅੱਛਾ ਜਿੱਥੇ ਦੋਵਾਂ ਨੂੰ ਪਾਈ ਤੈਨਾਂ ਇੱਕ ਨਾ ਸਟੇਜਾਂ ਹੁੰਦੀਆਂ ਇੱਕ ਤਾਂ ਸਿਆਣੇ ਬੰਦੇ ਨੂੰ ਪਤਾ ਲੱਗ ਜਾਂਦਾ ਵੀ ਆਹ ਹਰਕਤ ਕਰੀ ਜਾਂਦਾ ਆਪਾਂ ਉਹਦੀ ਚੀਜ਼ ਨੂੰ ਸਾਂਭ ਲੈਣਾ ਉਹ ਡੋਟ ਵੀ ਹੋ ਜਾਂਦਾ ਲੋਟ ਸਟੇਜਾਂ ਹੁੰਦੀਆਂ ਪਹਿਲੀ ਦੂਜੀ ਤੀਜੀ ਜਦੋਂ ਪਹਿਲੀ ਤਾਂ ਸਾਂਭ ਲੈਨੇ ਆਂ ਕੂਤਰ ਵੱਜ ਜਾਂਦੇ ਆ ਜਦੋਂ ਯਾਰ 5 7 ਕੋਈ ਨਹੀਂ ਆਉਂਦਾ ਦੂਜੀ ਤੇ ਥੋੜੀ ਜਿਹੀ ਮਿਹਨਤ ਕਰਨੀ ਪੈਂਦੀ ਆ ਤੀਜੀ ਤੇ ਤਾਂ ਫਿਰ ਜਮਾਂ ਸੜ ਜਾਂਦਾ ਜਿਹੜਾ ਖਤਮ ਉਹ ਮਿਹਨਤ ਹੁੰਦੀ ਹੋਈ ਹੁੰਦੀ ਨਹੀਂ ਤਰੀਕਾ ਹੁੰਦਾ ਯਾਰ ਆਪਾਂ ਹੁਣ ਬੰਦੇ ਆ ਆਪਣਾ ਮੜਾ ਕੋਈ ਥੱਡਾ ਡਾਕਟਰ ਦੇ ਭੱਜੇ ਜਾਂਦੇ ਫਿਰ ਆਪਾਂ ਨੂੰ ਡਾਕਟਰ ਵੀ ਇੱਕ ਚੀਜ਼ ਹੋਰ ਤੁਹਾਨੂੰ ਦੱਸਾਂ ਆ ਕੌਸਟਿਕਮ 30 ਕੌਸਟਮਿਕ ਕੌਸਟਿਕਮ 30 ਆਪ ਆ ਫੋਟੋ ਪਾ ਦਊਗਾ 30 ਤੇ ਉਹ ਮਿਲੂ ਵੀ ਬਾਈ ਹੋਮੋਪਾਈਟ ਹੋਮੋਬੈਟ ਹਾਂ ਠੀਕ ਹੈ ਤੇ ਬਥੇਰਿਆਂ ਦੇ ਰਪਿੰਦਰ ਤੇਰੇ ਪੈ ਗਿਆ ਡੀ ਸੀ ਹਣਾ ਹੋ ਗੇ ਨਾ ਠੀਕ ਰਾਜੇ ਉਹਦੀ ਨਾਲ ਦੀ ਨਾਲ ਦੋ ਹੀ ਖੁਗੇ ਇਹਨੂੰ ਬਦਲ ਲੱਗ ਗਿਆ ਨਾਲ ਦੀ ਨਾਲ ਉਹ ਫਿਰ ਦੇਖੋ ਉਹਦੀ ਹੱਲ ਕਰ ਲਏ ਜੇ ਹੁਣ ਬਾਈ ਉਹੀ ਗੱਲ ਵੀ ਆਪ ਤਾਂ ਫੋਨ ਲਾ ਕੇ ਕਿਤੇ ਇਧਰ ਨਿਕਲੇਗਾ ਕਿਤੇ ਇਧਰ ਨਿਕਲੇਗਾ ਹਰ ਮਤਲਬ ਕੋਈ ਡੀਜ਼ਲ ਪਾਈ ਜਾਂਦਾ ਕੋਈ ਪੈਟਰੋਲ ਪਾਈ ਜਾਂਦਾ ਉਹ ਜਾਨਵਰ ਬੋਲ ਕੇ ਥੋੜੋ ਦੱਸਦਾ ਯਾਰ ਫਰਨੈਲ ਦਈ ਜਾਂਦੇ ਇੱਕ ਮੈਂ ਇੱਕ ਮਿੰਟ ਬੜਿਆ ਕਮੈਂਟ ਬੜਿਆ ਕਹਿੰਦੇ ਪੁੱਤ ਨੂੰ ਗਲ ਲੱchnਾ ਵਾਸਤੇ ਕੋਈ ਦਵਾਈ ਦੋ ਫਲਾਨਾ ਧੁਮਕਾ ਇੱਕ ਆਪਣੀ ਵਿਦਵਾਨ ਬਹੁਤ ਬੈਠੇ ਆ ਕਮੈਂਟ ਬੜੇ ਯਾਰ ਆਸਾ ਹੀ ਆਈ ਜਾਂਦਾ ਕਹਿੰਦਾ ਚੂਰਨ ਵਾਲਿਆਂ ਕੋਲ ਦੋ ਗੋਲੀਆਂ ਹਜਮੂਲੇ ਦੀਆਂ ਦੇ ਦੇ ਫਲਾਨਾ ਦੇ ਦੇ ਆ ਲਾ ਦੇ ਜੋ ਉਹ ਲੋ ਯਾਰ ਕਮਾਲ ਦੀ ਗੱਲ ਲੋਕਾਂ ਦੀ ਯਾਰ ਆ ਤੁਹਾਡੀ ਵਿਦਵਾਨ ਵਾਲੀ ਤੁਸੀਂ ਨਾ ਮੈਂ ਵਿਦਵਾਨ ਵਾਲੀ ਗੱਲ ਤਾਂ ਇਹ ਆ ਤੁਸੀਂ ਸਾਰਾ ਕੁਝ ਸਹੀ ਦੱਸ ਦੋ ਹਾਂ ਜੀ ਉਹਨੂੰ ਕਮੈਂਟਾਂ 'ਚ ਗਾਲ੍ਹਾਂ ਫੇਰ ਵੀ ਗੱਡੇ ਮੈਨੂੰ ਪਤਾ ਮੈਨੂੰ ਆ ਉਹਨਾਂ ਦੀ ਇਹ ਜੀ ਆ ਪਿਛਲੀ ਇੰਟਰਵਿਊ ਹੋਈ ਸੀ ਤੁਸੀਂ ਮਰ ਗਏ ਨਾ ਮੈਂ ਮਰ ਗਿਆ ਚਲ ਕਿਸੇ ਨੂੰ ਤੁਹਾਨੂੰ ਆਪਾਂ ਕਹਾਂ ਉਹ ਰਹਿਣਾ ਚਲ ਨਹੀਂ ਨਹੀਂ ਜਿੰਨੇ ਰੱਬ ਨੇ ਲਿਖਿਆ ਹੋ ਗਿਆ ਆਪਦੇ ਤੇ ਕਹਿਣਾ ਵੀ ਜੇ ਮੈਂ ਮਰ ਵੀ ਗਿਆ ਮੰਨ ਕੇ ਚੱਲੋ ਕਿਸੇ ਦੀ ਖਾਤਰ ਮਰ ਗਿਆ ਤਾਂ ਉਹ ਬੰਦੇ ਨੇ ਆਏ ਕਹਿਦਣਾ ਵੀ ਇਹ ਤੇ ਸਾਲੇ ਦੀ ਆਈ ਹੋਈ ਜੇ ਮਰ ਮਰ ਬਾਹਰ ਨਾ ਮਰਿਆ ਸਹੀ ਹੈ ਸਹੀ ਹੈ ਸਹੀ ਹੈ ਇਹ ਦੁਨੀਆ ਚੀਜ਼ ਏ ਜਿੰਨਾ ਚਿਰ ਬਾਈ ਕਿਸੇ ਨੂੰ ਖਵਾਈ ਚੱਲੇ ਆਂ ਉਂਗਲ ਚਟਾਈ ਜਾਗਾ ਫੈਰਾ ਕਰੀ ਜਾਗਾ ਉਹਨਾਂ ਦਾ ਹਾਲ ਤਾਂ ਠੀਕ ਆ 99 ਕੰਮ ਕਰਦੀ ਨੂੰ ਇੱਕ ਕੰਮ ਨੂੰ ਕਹੀ ਰਹੀ ਵੀ ਯਾਰ ਵੀਰੇ ਬਾਈ 299 ਤਾਂ ਉਹਨੇ ਦੱਸਨੇ ਨਹੀਂ ਇਹ ਦੁਨੀਆ ਦੀ ਇੱਕ ਬਹੁਤ ਵੱਡੀ ਘਾਟ ਆ ਇਹ ਅਗਲੇ ਦਿਨ ਐ ਨਹੀਂ ਦੱਸਦੀ ਵੀ ਇਹਨੇ ਯਾਰ ਮੇਰੇ 99 ਜਿਹੜਾ ਇੱਕ ਕਰਿਆਣੀ ਉਹ ਸਾਰੀ ਦੁਨੀਆ ਚ ਗਾ ਦੇਣਗੇ ਉਹ ਜਿਹੜੇ ਬਾਈ ਸੁਣਨ ਵਾਲੇ ਆ ਦੇਖਣ ਵਾਲੇ ਤਾਂ ਐਂ ਕਹਿਣਗੇ ਵੀ ਆ ਇੱਕ ਕੰਮ ਕਰਿਆਣੀ ਇਹ ਵਾਕਈ ਫੁੱਦੂ ਆ ਜਿਹੜੇ 99 ਕਰ ਗਿਆ ਉਹ ਤਾਂ ਤੁਸੀਂ ਦੱਸੋ ਆ ਜੇ ਤੁਸੀਂ ਇੰਨੇ ਸੱਚੇ ਹੁੰਦੇ ਸੀ 99 ਦੱਸਦਾ ਸੀ ਵੀ ਸਾਡੇ ਕਰ ਗਿਆ ਮੇਰਾ ਬਹੁਤ ਵਾਹ ਪਿਆ ਬਾਲੇ ਛੋਟੇ ਹੁੰਦੇ ਤੋਂ ਹੀ ਅਗਲਾ ਉਹ ਆਪਾਂ ਤਾਂ ਬਾਈ ਸਵੇ ਗੱਲਾਂ ਹੀ ਕਰਦੇ ਸੀ ਆਪਾਂ ਤਾਂ ਖੈਰ ਜਿਵੇਂ ਕਹਿੰਦਾ ਹੌਲੀ ਹੌਲੀ ਪਤਾ ਲੱਗਦਾ ਜੀ ਉਮਰ ਦੇ ਹਿਸਾਬ ਨਾਲ ਪਤਾ ਲੱਗਦਾ ਔਰ ਦੁਨੀਆ ਬੜੀ ਜਿਆਦੇ ਚਲਾਕ ਆ ਬੜੀ ਜਿਆਦੇ ਚਲਾਕ ਬੜੀ ਐਨੇ ਸੋਚੇ ਨਹੀਂ ਸੀ ਵੀ ਐਨੇ ਚਲਾਕ ਵੀ ਹੋ ਜਾਣਗੇ ਯਾਰ ਲੋਕ ਬਈਆ ਮਿੱਠੇ ਵੀ ਹੋ ਜਾਂਦੇ ਆਪ ਚੰਗੇ ਆ ਸਾਰੇ ਚੰਗੇ ਲੱਗਦੇ ਆ ਨਾ ਤੇ ਪਰ ਮੈਂ ਜਿੰਨਾ ਘ ਭਲਾ ਕੀਤਾ ਹੋਊ ਮੇਰੇ ਤਾਂ ਜੁੱਤੀਆਂ ਹੀ ਪਈਆਂ ਬਈ ਪੈਂਦੀਆਂ ਬਈ ਠੀਕ ਆ ਨੇਕੀ ਕਰ ਛੱਤਰ ਖਾ ਨਾਲੇ ਤੂੰ ਖਾ ਤੇ ਕਰ ਮੈਂ ਖਾਧਿਆ ਤੂੰ ਵੀ ਖਾ ਉਹ ਕੰਮ ਚੱਲਦਾ ਉਹ ਕੰਮ ਚੱਲਦਾ ਐਨੇ ਜਾਨੇ ਬੈਠੇ ਆ ਅਕਸਰ ਦਿਲਤਾ ਹੈਗਾ ਇਹਨਾਂ ਦਾ ਸੋਚਦੇ ਤਾਂ ਹੈਗੇ ਨਾ ਇਹਨਾਂ ਨੂੰ ਵੀ ਪਤਾ ਮੈਂ ਇਹੀ ਚੀਜ਼ਾਂ ਦੱਸੀਆਂ ਤੇ ਮੈਂ ਸੱਚ ਹੀ ਬੋਲੀ ਜਾਂਦਾ ਮੈਨੂੰ ਰੱਬ ਨੂੰ ਜਾਣਦੇ ਨੇ ਬਾਈ ਕਾਕਾ ਬਾਈ ਗੁਜਰਾ ਵਾਲਾ ਹਾਂਜੀ ਕਮਲ ਤੇ ਰੂਬਲ ਜੋਧਾ ਵਾਲਾ ਬਾਈ ਸ਼ੰਦਰ ਖਾੜੇ ਵਾਲਾ ਬਾਈ ਅਵਤਾਰ ਕੋਟੜਾ ਹੋਰ ਵੀ ਬੰਦੇ ਸ਼ੇਰ ਆਜੂ ਐਸੇ ਦਰਬੇਸ਼ਪੰਡ ਵਾਲਾ ਗੋਰਾ ਯੂ ਐਸ ਏ ਵਾਲਾ ਜਿਹੜੇ ਬੰਦੇ ਜਨਕੀ ਵਧੀਆ ਪਰ ਜਿਹੜੇ ਬੰਦਿਆਂ ਨੇ ਜਨ ਕੀ ਮੇਰੇ ਨਾਲ ਖੜ ਦੇ ਖੜ ਨੂੰ ਅੱਜ ਕਹਿ ਰਹੇ ਖੜ ਵੀ ਜਾਗੇ ਉਹ ਬੰਦੇ ਦਾ ਦੇਖ ਜਮਾ ਨਹੀਂ ਤੇ ਜਿਹੜੇ ਬੰਦਿਆਂ ਨੇ ਮੇਰੇ ਨਾਲ ਅੱਜ ਤੱਕ ਕੋ ਕੰਮ ਨਹੀਂ ਕੋ ਲੈਣ ਜਿਨ੍ਹਾਂ ਦਾ ਮੈਂ ਕਰਿਆ ਉਹ ਬੰਦੇ ਲੋਕਾਂ ਨੂੰ ਹੋਂਗੋ ਤੋਂ ਆਏ ਕਹਿੰਦੇ ਵੀ ਯਾਰ ਚੱਲਦਾ ਹੀ ਸਾਡੇ ਸਰਤੇ ਆ ਹਾਲ ਕਬੂਤਰ ਵੀ ਇਕੱਠੇ ਕਰ ਲੇ ਠੀਕ ਆ ਹੋਰ ਵੀ ਬਹੁਤ ਕੁਝ ਪਤਾ ਬਹੁਤ ਕੁਝ ਲੱਗ ਗਿਆ ਮੈਨੂੰ ਆਪਾਂ ਪਰ ਪਾਸਾ ਵੱਟੇ ਗਏ ਕੋਈ ਨਾ ਪਾਸਾ ਪਹਿਲਾਂ ਮੈਂ ਬਹੁਤ ਡਰਦਾ ਸੀ ਜਦੋਂ ਉਸਤਾ ਜੀ ਮੈਂ ਕਹਣਾ ਯਾਰ ਕੋਈ ਟੁੱਟ ਨਾ ਜਾਵੇ ਮੇਰੀ ਵਜ੍ਹਾ ਨਾਲ ਕਿਸੇ ਦਾ ਘਰ ਨਾ ਖਰਾਬ ਹੋ ਜਾਏ ਹੁਣ ਨਹੀਂ ਮੈਂ ਹੂੰ ਚਾਰ ਗੋੜੀਆਂ ਪਾਦਣਗੇ ਕੀ ਕਰ ਲੈਣਗੇ ਜਿੱਥੇ ਕੋਈ ਗਲਤ ਆ ਸ਼ਰੇਆਮ ਕਹੂੰ ਵੀਰੇ ਤੂੰ ਇੱਥੇ ਗਲਤ ਕੀਤਾ ਮਾੜੀ ਤਾਂ ਮੈਂ ਭਜਾਉਣ ਲੱਗੇ ਹੁਣ ਢੇੜਾ ਨਹੀਂ ਖਾਇਆ ਕਰਨਾ ਬਾਈ ਚੰਗੇ ਬਣ ਕੇ ਰਹਿਣਗੇ ਸਾਰੀ ਉਮਰ ਰਹਿਣਗੇ ਬਾਈ ਮੈਂ ਆਪ ਦਾ ਆਪ ਵੀ ਵਾਰ ਦੂੰ ਕਦੇ ਦੁੱਖ ਦੇ ਸੌਖ ਦੇ ਘਰ ਵੇਚਣਾ ਪਿਆ ਉਹ ਵੀ ਵੇਚ ਕੇ ਨਾ ਲਾ ਦੋ ਕੰਮ ਹੀ ਇਹ ਜਾ ਬਾਈ ਨਾ ਪਰਿਆ ਧੋਖਾ ਨਹੀਂ ਚੱਲਿਆ ਜਾਂਦਾ ਬਾਈ ਤੋਂ ਉਹੀ ਗੱਲ ਆ ਬਾਈ ਹੁੰਦੇ ਤਾਂ ਸਿਆਣਾ ਵੀ ਮੈਂ ਤਾਂ ਦੇਖ ਕੇ ਤੋ ਖੰਗ ਨਹੀਂ ਲੈਂਦਾ ਕੋਈ ਹੋਰ ਨਹੀਂ ਤੇ ਬ ਆਪਾਂ ਕਿਹਨੂੰ ਬਾੜਾ ਨਹੀਂ ਕਿਹਾ ਚੰਗਾ ਨਹੀਂ ਕਿਹਾ ਓਲੀ ਓਲੀ ਕਿਉਂਕਿ ਹੁਣ ਜੇ ਆਪਾਂ ਅਗਲੇ ਨੂੰ ਕਹਿੰਦੇ ਸੀ ਬਾਈ ਬੰਦਾ ਤਾਂ ਦੱਸ ਦੇ ਅਗਲਾ ਨਾਂ ਨਹੀਂ ਲੈਂਦਾ ਵੀ ਯਾਰ ਕਾਹਨੂੰ ਨਾਂ ਲੈਣਾ ਬਾਈ ਜਿਹੜਾ ਕੋ ਹੋ ਗਿਆ ਹੋ ਗਿਆ ਪਰ ਆਪਾਂ ਸਾਰੇ ਐ ਪਾਸਾ ਬੱਟੀ ਗਏ ਵੀ ਹੁਣ ਯਾਰ ਮੈਂ ਕਿਹਨੂੰ ਕਹਾਂ ਬਾਈ ਤੂੰ ਤਾਂ ਨਹੀਂ ਕਿਤੇ ਆ ਕਰਕੇ ਗਿਆ ਤੂੰ ਕਿਉਂਕਿ ਬਾਈ ਆਪਾਂ ਕਿਸੇ ਨੂੰ ਕੈਦ ਨਾ ਭਰਾ ਬਹੁਤ ਵੱਡੀ ਗੱਲ ਹੈ ਨਾ ਤਾਂ ਸੌਖਾ ਪਰ ਜਦੋਂ ਅਗਲੇ ਨੂੰ ਕਹਿ ਕੇ ਬਣਾ ਲੈਣਾ ਨਾ ਬਹੁਤ ਵੱਡੀ ਗੱਲ ਹੈ ਉਹੀ ਆਪਾਂ ਭਰਾ ਨੂੰ ਫਿਰ ਆਪਾਂ ਬਾਅਦ ਸਵਾਲ ਜਵਾਬ ਨਿੰਦੀ ਐ ਭੰਡੇ ਜਿਹੜਾ ਕੋਹ ਗਏ ਜਮਾ ਠੀਕ ਐ ਭਾਈ ਜਿਹੜਾ ਕਰ ਗਿਆ ਉਹ ਪ੍ਰਮਾਤਮਾ ਦੇ ਜਾਣੀ ਜਾਣ ਹਨ ਤੇ ਉਹੀ ਗੱਲ ਆ ਵੀ ਹੁਣ ਕਮੈਂਟਾਂ ਦੇ ਵਿੱਚ ਵੀ ਹੋਰ ਵੀ ਜਾ ਕੋ ਚੱਲੀ ਜਾਂਦਾ ਕੋਈ ਚੰਗਾ ਦੱਸ ਲੋ ਮਾੜਾ ਦੱਸ ਲੋ ਅਪਰਦਾਇਆ ਮਦਵਾਨੀ ਹਰੇਕ ਨੇ ਕਰਿਆ ਚਾਰਾਂ ਨੇ ਸਿੱਖ ਲਿਆ ਆਪਣਾ ਸਮਾਂ ਹਾਂ ਓਕੇ ਹੋ ਗਿਆ ਬੰਦ ਨੇ ਘੰਟਾ ਖਰਾਬ ਕਰਿਆ ਮੈਂ ਮੈਂ ਭਾਈ ਐਂ ਕਹਿਣਾ ਹੁੰਦਾ ਵੀ ਜਦੋਂ ਤੁਸੀਂ ਵੀਡੀਓ ਦੇਖਣ ਲੱਗੇ ਸਾਰਾ ਕੋ ਤੁਹਾਨੂੰ ਨਹੀਂ ਚੰਗਾ ਲੱਗੇ ਹਾਂਜੀ 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 ਬੰਦ ਕਰ ਦਿਓ ਬੰਦ ਕਰ ਦਿਓ ਪਹਿਲੀ ਗੱਲ ਦੂਜੀ ਗੱਲ ਜੇ ਮੰਨ ਕੇ ਚਲੋ ਤੁਹਾਨੂੰ ਲੱਗਿਆ ਵੀ ਇਹ ਤਾਂ ਯਾਰ ਬੰਦੇ ਨੇ ਝੂਠ ਦਾ ਦੱਸਤਾ ਜਗਾ ਪਦਾਸਤਾ ਹਾਂ ਹੂੰ ਹੋਣ ਕਰੋ ਹਾਂ 10 ਹਾਜ਼ਰ ਹਾਂ 10 ਹਾਜ਼ਰ ਸਹੀ ਐ ਸਹੀ ਐ ਸਹੀ ਸਹੀ ਹੈ ਦੱਸੋ ਕੱਲੀ ਕੱਲੀ ਗੱਲ ਵੀ ਐ ਸਹੀ ਐ ਖਰਚਾ ਤਾਂ ਮੇਰਾ ਹੀ ਹੋਣਾ ਹੈ ਹਾਂ ਸਹੀ ਐ ਸਹੀ ਲਿਆ ਮੈਂ ਤੇਲ ਫੂਕੇ ਦੇਖਾਂ ਵੀ ਕਿੰਨਾ ਕ ਖਰਚਾ ਤੇ ਕਿੰਨਾ ਕ ਝੂਠ ਆ ਕੀ ਨੂੰ ਕਹਿ ਰਿਹਾ ਕਿਸੇ ਕੋਲੋਂ ਇਹ ਸਾਰਾ ਕੁਝ ਨਹੀਂ ਲੱਗਦਾ ਵੀਰੇ ਕੁਝ ਵੀ ਦੱਸੋ ਤਾਂ ਸਹੀ ਦੱਸਣਾ ਕਰਨਾ ਵੀ ਨਹੀਂ ਤੇ ਕਰਨ ਦੇਣਾ ਵੀ ਨਹੀਂ ਲੱਤਾਂ ਵੀ ਖਿੱਚਣੀਆਂ ਆਹ ਕੰਮ ਹੋਇਆ ਵਿਆ ਹਣਾ ਤੇ ਇੱਕ ਬਈ ਆਪਾਂ ਹੋਰ ਗੱਲ ਕਰਦੇ ਹਾਂ ਵੀ ਜਿਹੜੀ ਤੁਸੀਂ ਬੱਚਿਆਂ ਵਾਲੀ ਵੀ ਗੱਲ ਦੱਸਤੀ ਵੀ ਬੱਚੇ ਜਿਹੜੇ ਪਲਦੇ ਨਹੀਂ ਚੋਕ ਟਟ ਰਹੇ ਜਾਂਦੇ ਜਾਂ ਮਰਨ ਪਲ ਕੇ ਮਰ ਜਾਂਦੇ ਆ ਭਈ ਬੱਚੇ ਵੱਡੇ ਹੋ ਕੇ ਮਰ ਜਾਂਦੇ ਆ ਉਹ ਤਾਂ ਚਲ ਤੁਸੀਂ ਪਹਿਲਾਂ ਕਾਰਨ ਦੱਸਤਾ ਵੀ ਉਹ ਚੋਗਾ ਨਹੀਂ ਦਿੱਤਾ ਜਾਂਦਾ ਚੌਰਸ ਦਾਣਾ ਨਹੀਂ ਦੇਂਦਾ ਜਾਂ ਗੋਲ ਦਾਣਾ ਮਰਾਂਉਂਦੇ ਵੇ ਯਾਰ ਕੂਤਰ ਦੰਦਾ ਤੇ ਹਾਂ ਖੁਸ਼ ਹੋ ਕੇ ਦਵੇ ਯਾਰ ਬੜਕਤ ਨੇ ਬੱਚੇ ਦੇ ਅੰਦਰ 20 ਬਹਿ ਕੇ ਹਾਜਮ ਕਰਨ ਹਾਂ ਬੜਕਤ ਨੇ ਬੱਚੇ ਦੇ ਅੰਦਰ ਵੀ ਹਾਜਮ ਵੀ ਹੋ ਜਾਂਦੇ ਸਖਤ ਦਾਣਾ ਨੰਦੋ ਹਾਂਜੀ ਹਾਂਜੀ ਬਾਕੀ ਤੇ ਛੋਲੇ ਹੁਣ ਤੁਹਾਨੂੰ ਪਤਾ ਵੀ ਲਾਲਚ ਕਰ ਜਾਂਦਾ ਵੀ ਪਤਾ ਨਹੀਂ ਬੱਚੇ ਦੇ ਨਾ ਤੱਕੀ ਦਾ ਬਾੜੀ ਮਾਰੀ ਬਾਅਦ ਚ ਪਾ ਦੋ ਕੱਲ ਕਰਦੇ ਆ ਭਈ ਆਪਾਂ ਬੱਚੇ ਕਈ ਵਾਰੀ ਪਲ ਜਾਂਦੇ ਆ ਵੱਡੇ ਹੋ ਜਾਂਦੇ ਆ ਹੂੰ 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 ਉਦੋਂ ਬਾਅਦ ਸੁੱਕ ਕੇ ਮਾਰ ਲੱਗ ਜਾਂਦਾ ਜਾਂ ਬੈਸੀਮ ਉਹਦਾ ਕੀ ਕਾਰਨ ਉਹਦਾ ਵਾਇਰਸ ਬਈ ਕੂਤਰਾਂ ਨੂੰ ਜਿਵੇਂ ਹੁਣ ਮੱਲਾ ਗਾ ਲੋ ਗੱਲ ਦਾਣੇ ਦੀ ਆ ਗਈ ਬਾਲਾ ਓਵਰ ਦਾਣਾ ਦਈਗੇ ਬਾਲਾ ਓਵਰ ਦਾਣਾ ਦਈਗੇ ਨਨੇ ਉਹ ਉਹ ਵੀ ਮਾੜਾ ਹੱਥ ਨਹੀਂ ਦਿੱਤਾ ਵੀ ਦੋ ਪਰ ਥੋੜਾ ਦੋ ਹਰ ਇੱਕ ਚੀਜ਼ ਦਾ ਇੱਕ ਤਰੀਕਾ ਹੁੰਦਾ ਹਲ ਹਰ ਇੱਕ ਚੀਜ਼ ਦਾ ਹੁੰਦਾ ਤਰੀਕਾ ਹਰ ਇੱਕ ਚੀਜ਼ ਦਾ ਹੁੰਦਾ ਜੇ ਆਪਾਂ ਲਿਮਟ 'ਚ ਕਰਾਂਗੇ ਹੁਣ ਮੈਂ ਵੀ ਹੱਥੀ ਦਾਣੇ ਦੇਣਾ ਪਰ ਜੇ ਮੈਂ ਕਹੂੰ ਰੋਟੀ ਖਾਈ ਜਾਂ ਵਧੀਆ ਆ ਵੀ ਸੁਣਿਆ ਵੀ ਪੋਟੇ ਡੱਕ ਦੋ ਇਹਨਾਂ ਦੇ ਪੋਟੇ ਡੱਕ ਦੋ ਉਹ ਜਿਹੜਾ ਲੀ ਆਪਣਾ ਇਨਸਾਨ ਦਾ ਬੱਚਾ ਹੋਵੇ ਕਦੋਂ ਜਾ ਕੇ ਰੋਟੀ ਮਿਲਦੀ ਜਾਂਦੀ ਦੁੱਧ ਤੇ ਸੌਫਟ ਤੇ ਚੱਲੀ ਜਾਂਦਾ ਨਾ ਇਹ ਬੱਚੇ ਮਰਨ ਦਾ ਕਾਰਨ ਆ ਓਵਰਡੋਜ਼ ਖਰਾਕਾ ਠੀਕ ਹੈ ਬਾਲੀਆਂ ਹੈਵੀ ਖਰਾਕਾ ਉਹ ਬੱਚੇ ਤੋਂ ਨਹੀਂ ਚੱਲੀ ਜਾਂਦੀ ਨਹੀਂ ਚੱਲੀ ਜਾਂਦੀ ਫਿਰ ਬਿਮਾਰ ਇੱਕਦਮ ਨਹੀਂ ਹੁੰਦਾ ਹੁੰਦਾ ਹੌਲੀ ਹੌਲੀ ਬਿਮਾਰ ਹੋ ਕੇ ਉਮਰ ਵੀ ਵਧਣੀ ਹੌਲੀ ਹੌਲੀ ਅੰਦਰ ਨੌਕਸ ਪੈਂਦਾ 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 ਸੁੱਕ ਕੇ ਮਰ ਜਾਂਦਾ ਮਰ ਜਾਂਦਾ ਕਈ ਚੰਗੇ ਭਲੇ ਮਰ ਜਾਂਦੇ ਉਹ ਬਈ ਟੈਗ ਟੂ ਜਾਂ ਕੋਈ ਵਾਇਰਸ ਵੀ ਮਾਰਾ ਇਹਨਾਂ ਚ ਬਿਮਾਰੀਆਂ ਬਾਲੀਆਂ 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 ਆਪ ਨੂੰ ਤਾਂ ਪਤਾ ਵੀ ਨਹੀਂ ਹੁੰਦੀਆਂ ਕਿੰਨੀਆਂ ਠੀਕ ਹੈ ਤੇ ਬਾਈ ਜੀ ਹੱਥੀ ਜਿਹੜੇ ਆਪਾਂ ਬੱਚੇ ਪ ਕਿੱਡੇ ਕਿੱਡੇ ਬੱਚੇ ਚੱਕ ਕੇ ਪਾਲ ਲੈਣੇ ਚਾਹੀਦੇ ਆ ਬੱਚਾ ਜਦੋਂ ਪੂਰਾ ਹੋ ਜੇ ਬਈਆ ਉਹਦੇ ਸਾਰੇ ਫਰਸ ਹਾਂ ਫਰ ਸਹੀ ਆ ਜਾਣਾ ਉਦੋਂ ਪਾਲੋ ਸਾਰਾ ਜਾਨੀ ਕਿ ਮਾਸਟਕ ਆ ਜਾਵੇ ਮਾਸਟਕ ਆ ਜਾਵੇ ਉਦੋਂ ਉਦੋਂ ਪਹਿਲਾਂ ਮਾਸਟਕ ਆ ਜਾਵੇ ਇਹ ਆਪਾਂ ਫਰਾਂ ਦੀ ਗੱਲ ਕਰੇ ਫਰ ਤਾਂ ਫਿਰ ਬਾਹਲੇ ਬੰਦੇ ਹੁੰਦੇ ਆ ਨਾ ਨਹੀਂ ਨਹੀਂ ਉਹ ਜਿਹੜਾ ਫਰ ਕੁਲਾ ਆ ਜੇ ਉਦੋਂ ਫਰ ਪੂਰੇ ਮਾਸਟਕ ਆ ਜਾਵੇ ਉਹਦੇ ਕੋਲ ਦੀ ਗੱਲ ਕਰਦਾ ਉਹ ਵੱਡਾ ਤਾਂ ਫਰ ਵੱਡਾ ਹੀ ਹੋ ਗਿਆ ਫਰਾਕ ਦੇ ਕੇ ਪਾਲਣਾ ਚਾਹੀਦਾ ਬਈ ਇਹਨਾਂ ਨੂੰ ਉਹੀ ਦੱਸਿਆ ਕਾਨਕ ਤੇ ਸਰੋ ਬਸ ਛੋਲੇ ਵੀ ਆਪਾਂ ਕਦੋਂ ਪਾਉਣੇ ਆ ਜਦੋਂ ਤੁਹਾਡਾ ਕਬੂਤਰ ਡਾਈਆਂ ਲੈ ਕੇ ਆਪਾਂ ਬੰਦ ਕਰਦਾ ਹੂੰ ਹੂੰ ਸਰੋਂ ਵੀ ਬੰਦ ਉੱਡਣ ਲੱਗੇ ਨੂੰ ਹੂੰ ਹੂੰ ਮੈਨੂੰ ਲੋਕਾਂ ਦਾ ਨਹੀਂ ਪਤਾ ਕੀ ਕਰਦੇ ਪਏ ਸੁਣੋ ਸਾਹਿਬ ਦੀ ਕਰਿਓ ਮਰਜ਼ੀ ਮੈਂ ਤਾਂ ਆਪਦੀ ਗੱਲ ਦੱਸਦਾ ਵੀ ਜਦੋਂ ਡਾ ਕੇ ਬੰਦ ਕਰਤਾ ਉਦੋਂ ਖਰਾਕ ਪਾਉਣੀ ਸਰੋਂ ਵੀ ਸਰੋਂ ਵੀ ਉਦੋਂ ਪਾਣੀ ਬੱਚਿਆਂ ਨੂੰ ਪਾਈ ਜਾਓ ਜਦੋਂ ਛੋਟੇ ਬੱਚੇ ਆ ਜਦੋਂ ਤੁਸੀਂ ਗਜਾਉਣੇ ਆ ਘਰੇ ਡਾਉਣੇ ਆ ਉਦੋਂ ਸਾਰਾ ਕੁਝ ਬੰਦ ਤੇ ਕੱਲੀ ਕਣਕ ਹੂੰ ਹੂੰ ਉਹ ਉੱਡਣਾ ਜਾਦੇ ਹੁੰਦਾ ਸਤ ਤੋਂ ਸਤ ਉੱਡਣਾ ਹੁੰਦਾ ਕਿਉਂ ਠੰਡੇ ਦੇਣ ਆ ਜਾਂਦੇ ਆ ਫਿਰ ਉਹਨਾਂ ਨੂੰ ਚਰਬੀ ਦੀ ਬਹੁਤ ਲੋੜ ਪੈਂਦੀ ਹੈ ਚਰਬੀ ਕੱਲੀ ਤੇ ਕੱਲੀ 1/2 ਲੱਖ ਕਣਕ ਦਿੰਦੀ ਹੂੰ ਜੋ ਟਾਈਮ ਤੁਸੀਂ ਸਰੋਂ ਪਾਉਂਗੇ ਇਕਦਾ ਟਾਈਮ ਨਾ ਬਹਿ ਜਾ ਕਰਨਗੇ ਤੁਹਾਨੂੰ ਨਹੀਂ ਸਵਾਦ ਆਉਣਾ ਵੀ ਜਿਹੜੇ ਹੋਂ ਨਹੀਂ ਸੱਤੋਂ ਸੱਤ ਕਰਦੇ ਗਾਂ ਕੀ ਉਡਣਗੇ ਫਿਰ ਉਹ ਬਹਿ ਕੇ ਗਲਚਣਗੇ ਛਤਰੀ ਦੀ ਆ ਕੇ ਬਹਿ ਕੇ ਗਲਚਣਗੇ ਲੀਵਰ ਕਮਜ਼ੋਰ ਹੋ ਜੂ ਜਾਂਦੇ ਰਹਿਣਗੇ ਪਰ ਉਹਨਾਂ ਵਜਾ ਨਹੀਂ ਬੰਨਣਾ ਜਿੰਨਾ ਬੰਨਣਾ ਚਾਹੀਦਾ ਕੱਲੀ ਕਣਕ ਦੇ ਬੱਚੇ ਡਾਉਣੇ ਆ ਜਦੋਂ ਬੱਚੇ ਬੰਦ ਕਰਕੇ ਡਾਈਆਂ ਲੈ ਕੇ ਫਿਰ ਬਾਈ ਨੂੰ ਸਿੱਟੀ ਚੱਲੋ ਸਰੋਂ ਛੋਲੇ ਬਹਿ ਕੇ ਖਾਣਗੇ ਹਾਜਮ ਕਰਨਗੇ ਠੀਕ ਹੈ ਜ਼ੋਰ ਨਹੀਂ ਲੱਗਣਾ ਕਿੱਥੇ ਆਪਾਂ ਹੀ ਤੁਹਾਨੂੰ ਕਹਾਂ ਬਈ ਰਤ ਰੋਟੀਆਂ ਖਾ ਕੇ ਭੱਜ ਮਹੀਨੇ ਕੇ ਬਾਅਦ ਹੀ ਨੁਕਸ ਪੈਜੂ ਕੋਈ ਨਾ ਆ ਬਈ ਤੁਹਾਡੇ ਵਾਲਾ ਤਰੀਕਾ ਹੀ ਮੈਂ ਕਰਦਾ ਮੈਂ ਵੱਡੇ ਜੋੜਿਆਂ ਨੂੰ ਨਹੀਂ ਕਦੇ ਜਦੋਂ ਜੋੜਿਆਂ ਚ ਲਾਤੇ ਮੈਂ ਉਹਦੇ ਤੋਂ ਉਹਨਾਂ ਦੀ ਖਰਾਕ ਸਾਰੀ ਬੰਦ ਉਹਦੇ ਗੱਲੀ ਕਣਕ ਚੱਲ ਗਈ ਜਿੰਨਾ ਚਿਰ ਬੱਚੇ ਉੱਡਣ ਨਹੀਂ